रेडियो चंद रेडियो चंद परदेसी दे मान मत्थे श्रोतियो स्वागत है तुहाडा रेडियो चंद परदेसी दी पंजाबी सत दे विच। मैं हां तुहाडा दोस्त ते होस्ट सरवण सिंह टवाणा अमेरिका दी विंडी सिटी शिकागो तो। शुरू कर दें जी अज दा प्रोग्राम। गिल साहब सत श्री अकाल जी, गुड मॉर्निंग, की हाल चाल ने, की कहंदा मौसम बहार? ਸਤਿ ਸ੍ਰੀ ਅਕਾਲ ਤੁਹਾਡਾ ਜੀ। ਮੌਸਮ ਬਹਾਰ ਦਾ ਆਇਆ ਵੀ ਬਹੁਤ ਚਿਰ ਬਾਅਦ ਕਣੀਆਂ ਪਈਆਂ ਨੇ ਚਾਰ ਤੇ ਹਜੇ ਵੀ ਚੱਲਦੀਆਂ ਨੇ ਬਾਹਰ, ਮੈਨੂੰ ਫਰਕਾ ਸੁਣਦਾ ਥੋੜਾ ਥੋੜਾ, ਤਾਂ ਵੀ ਟੱਲੀ ਕਣੀ ਪੈ ਰਹੀ ਆ ਤੇ ਮੌਸਮ ਆ ਜਿਸ ਕਰਕੇ ਥੋੜਾ ਜਿਹਾ ਠੰਡਾ ਇਲਾਕੇ ਦੇ ਮੁਕਾਬਲੇ, ਤੇ ਬਾਕੀ ਦਿਨਾਂ ਚ ਗਰਮੀ ਕਾਫ਼ੀ ਰਹੀ ਆ। ਤਕਰੀਬਨ ਆਹ ਮਹੀਨਾ ਰਾਜਪਾਲ ਪਤਾ ਨੀ ਉਹਦੇ ਚ ਧੁੰਮ ਹੀ ਪਈ ਜਾਂਦਾ ਸੀਗਾ, ਸਾਡੇ ਵੱਲ ਤਾਂ ਸੁੱਕ ਸ਼ਾਮ ਸੁੱਕਾ ਹੀ ਰਿਹਾ। ਬਿਲਕੁਲ ਬਿਲਕੁਲ, ਕੋਈ ਪਤਾ ਨੀ ਲੱਗਦਾ। ਇੰਨੇ ਕੁਛ ਦੇ ਬਾਵਜੂਦ ਵੀ ਬਹੁਤ ਕੁਛ ਹੈ ਭਾਰਤ ਦੇ ਵਿਚ ਜਿਹੜਾ ਰੋਜ਼ ਤੇ ਰੋਜ਼ ਨਵੇਂ ਤੋਂ ਨਵਾਂ ਹੋਈ ਜਾਂਦਾ ਆਉਣ ਵਾਲੇ ਸਮਿਆਂ ਦੇ ਵਿਚ। ਆਪਾਂ ਨੇ ਕੱਲ ਗੱਲ ਕੀਤੀ ਸੀ ਗਿੱਲ ਸਾਹਿਬ, ਇੱਕ ਥੋੜੀ ਜੀ ਉਹਦੀ ਤੇ ਮਾਮੂਲੀ ਜੀ ਚਰਚਾ, ਜ਼ਿਆਦਾ ਨਹੀਂ ਆਪਾਂ, ਪਰ ਥੋੜੀ ਜੀ ਆਹ ਵੀ ਜਿਹੜੀਆਂ ਇਹ ਜਿਹੇ ਜਿਹੇ ਹਾਲਾਤ ਭਾਰਤ ਤੇ ਹੁਣ ਚਾਈਨਾ ਦੇ ਬਣੇ ਹੋਏ ਨੇ ਆਪਣੇ ਆਪ ਦੇ ਵਿਚ। ਇਹ ਜਿਹੜੇ ਹਾਲਾਤ ਨੇ, ਚਾਹੇ ਤਣਾਅ ਪੂਰਵਕ ਹਾਲਾਤ ਨੇ, ਕਈ ਚੀਜ਼ਾਂ ਭਾਰਤ ਦੇ ਵੱਲੋਂ ਬਾਈਕਾਟ ਕੀਤਾ ਗਿਆ ਚਾਈਨੀ ਕੰਪਨੀਆਂ ਦਾ, ਜਿਹਦੇ ਵਿਚ 56 ਕੰਪਨੀਆਂ ਟਿਕਟੋਕ ਤੋਂ ਲੈ ਕੇ ਹੋਰ ਬੜਾ ਕੁਛ ਹੈ, ਚਾਈਨੀ ਸਮਾਨ ਦਾ ਬਾਈਕਾਟ ਕਰਨ ਦੀਆਂ ਤਿਆਰੀਆਂ ਜਿਹੜੀਆਂ ਨੇ, ਭਾਜਪਾ ਦੇ ਕਈ ਲੀਡਰ ਆਮ ਲੀਡਰ ਬੋਲਦੇ ਰਹਿੰਦੇ ਨੇ। ਜਿਹੜੀ ਅਮਰੀਕਾ ਦੀ ਇਲੈਕਸ਼ਨ ਹੈ 3 ਨਵੰਬਰ ਨੂੰ ਹੋਣੀ ਹੈ, 1 ਜਨਵਰੀ ਤੋਂ ਦੂਜੇ ਰਾਸ਼ਟਰਪਤੀ ਨੇ ਆਪਣਾ ਕਾਰਜਕਾਲ ਸੰਭਾਲ ਲੈਣਾ। ਜੇ ਤਾਂ ਡੋਨਲਡ ਟਰੰਪ ਰਹਿ ਜਾਂਦੇ ਨੇ ਤਾਂ ਜਿਹੜੀ ਚਾਈਨਾ ਦਾ ਰੁੱਖ ਦੁਨੀਆਂ ਦੇ ਵਿਚ ਬਦਲ ਜਾਊਗਾ, ਬਹੁਤ ਫਰਕ ਪੈ ਜਾਣਾ, ਕਿਉਂਕਿ ਡੋਨਲਡ ਟਰੰਪ ਦੇ ਰਿਸ਼ਤੇ ਚਾਈਨਾ ਨਾਲ ਇੰਨੇ ਵਧੀਆ ਨਹੀਂ। ਅਗਰ ਜੋ ਬਾਈਡਨ ਜੀ ਆ ਜਾਂਦੇ ਨੇ, ਜੇ ਡੈਮੋਕਰੇਟਿਕ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ, ਤਾਂ ਫਿਰ ਚਾਈਨਾ ਜਿਹੜਾ ਉਹ ਆਪਣੇ ਵੱਖਰੇ ਤੌਰ ਦੇ ਉੱਤੇ ਪਹਿਲਾਂ ਦੀ ਤਰ੍ਹਾਂ ਦੁਨੀਆਂ ਦੇ ਵਿਚ ਆਪਣਾ ਪ੍ਰਭਾਵ ਛੱਡੂਗਾ। ਪਰ ਇਹ ਸਭ ਕੁਛ ਇਹਦੇ ਕਾਸੇ ਦੇ ਬਾਵਜੂਦ ਭਾਰਤ ਤੇ ਚਾਈਨਾ ਦੇ ਜਿਹੋ ਜਿਹੇ ਸੰਬੰਧ ਬਣਦੇ ਜਾ ਰਹੇ ਨੇ, ਅਮਰੀਕਾ ਦੀ ਇਲੈਕਸ਼ਨ ਦੇ ਨਾਲ ਭਾਰਤ ਨੂੰ ਕੀ ਨਫ਼ਾ ਹੋ ਸਕਦਾ ਜਾਂ ਨੁਕਸਾਨ ਹੋ ਸਕਦਾ ਚਾਈਨਾ ਦੇ ਨਾਲ ਦੂਰ ਜਾਣ ਤੋਂ ਔਰ ਨੇੜੇ ਆਉਣ ਤੋਂ? ਜੀ ਤੁਹਾਡਾ ਜੀ, ਇਸ ਤਰ੍ਹਾਂ ਬਈ ਪਹਿਲੀ ਵਾਰ ਮੈਂ ਕੱਲ ਜਿਹੜੇ ਸਾਡੇ ਵਿਦੇਸ਼ ਮੰਤਰੀ ਨੇ ਐਸ ਜੈ ਸ਼ੰਕਰਨ ਜਿਹੜੇ ਉਹਨਾਂ ਦਾ ਕੱਲ ਪਹਿਲੀ ਵਾਰ IAS ਅਫਸਰ ਨੇ ਸਾਬਕਾ ਤੇ ਅੱਜਕਲ ਉਹ ਰਾਜਨੀਤੀ ਚ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਸ਼ੰਕਰਨ, ਤਾਂ ਉਹ ਕੱਲ ਉਹਨਾਂ ਦਾ ਮੈਂ ਬਿਆਨ ਦੇਖ ਰਿਹਾ ਸੀ, ਉਹਨਾਂ ਨੇ ਖੁਦ ਇਹ ਗੱਲ ਮੰਨੀ ਆ ਵੀ 1962 ਦੀ ਜਿਹੜੀ ਜੰਗ ਸੀ ਭਾਰਤ ਤੇ ਚੀਨ ਦੀ, ਉਸ ਤੋਂ ਬਾਅਦ ਇਹੋ ਜਿਹੇ ਕੁੜੱਤਣ ਵਾਲੇ ਹਾਲਾਤ ਪਹਿਲੀ ਵਾਰ ਹੋਏ ਨੇ, ਤੇ ਪਹਿਲੀ ਵਾਰ ਹੀ ਉਂਝ ਤਣਾ ਤਣੀ ਸਰਹੱਦ ਤੇ ਪਹਿਲਾਂ ਵੀ ਹੁੰਦੀ ਰਹੀ ਆ, ਕਈ ਵਾਰ ਹੋਈ ਆ, ਸਾਡੇ ਵਾਲੇ ਪੱਖੋਂ ਵੀ ਹੋਈ ਆ, ਉਧਰਲੇ ਪੱਖੋਂ ਵੀ ਹੋਈ ਆ, ਤੇ ਉਹ ਹੁੰਦੀ ਰਹਿੰਦੀ ਆ, ਤੇ ਉਹਦਾ ਕੂਟਨੀਤਿਕ ਢੰਗ ਨਾਲ ਹੱਲ ਵੀ ਹੁੰਦਾ ਰਿਹਾ। ਦੋਨੋਂ ਦੇਸ਼ਾਂ ਦੇ ਜਿਹੜੇ ਕੂਟਨੀਤਿਕ ਸੰਬੰਧ ਨੇ ਉਹ ਕਦੇ ਖਰਾਬ ਨਹੀਂ ਸੀ ਹੋਏ, ਉਹ ਆਪਸ ਵਿਚ ਹੀ ਸਾਡੇ ਚੰਗੇ ਸੰਬੰਧ ਰਹੇ ਨੇ, ਤੇ ਇਸੇ ਕਰਕੇ ਹੀ ਭਾਰਤ ਨਾਲ ਵਪਾਰ ਵੀ ਜਿਹੜਾ ਵਾ ਉਹ ਕੂਟਨੀਤਿਕ ਸੰਬੰਧਾਂ ਕਰਕੇ ਹੀ ਆ, ਕਿਉਂਕਿ ਜੇ ਤੁਹਾਡੇ ਕਿਸੇ ਦੇਸ਼ ਨਾਲ ਕੂਟਨੀਤਿਕ ਸੰਬੰਧ ਚੰਗੇ ਆ ਤਾਂ ਤੁਹਾਡਾ ਵਪਾਰ ਵੱਧ ਸਕਦਾ, ਜੇ ਤੁਹਾਡੇ ਕਿਸੇ ਦੇਸ਼ ਨਾਲ ਕੂਟਨੀਤਿਕ ਸੰਬੰਧ ਚੰਗੇ ਨਹੀਂ ਹੈਗੇ ਤਾਂ ਵਪਾਰ ਜਾਂ ਹੋਰ ਗਤੀਵਿਧੀਆਂ ਵਧਣ ਦੀ ਕੋਈ ਗੁੰਜਾਇਸ਼ ਨਹੀਂ ਬਚਦੀ। ਤੇ ਹੁਣ ਜਿਹੜੇ ਐਸ ਜੈਸ਼ੰਕਰਨ ਨੇ ਉਹਨਾਂ ਦਾ ਇਹ ਕਹਿਣਾ ਵੀ ਕੂਟਨੀਤਿਕ ਕਾਰਵਾਈਆਂ ਜਿਹੜੀਆਂ ਸਾਡੇ ਵੱਲੋਂ ਜਾਰੀ ਨੇ, ਕੁਛ ਹੱਦ ਤੱਕ ਸਰਹੱਦਾਂ ਤੋਂ ਜਿਹੜੀਆਂ ਫੌਜਾਂ ਦੀ ਤੈਨਾਤੀ ਸੀ ਉਹ ਘਟੀ ਆ, ਇਹਦੇ ਬਾਵਜੂਦ ਹਾਲੇ ਤਣਾ ਤਣੀ ਜਾਰੀ ਆ। ਤੇ ਰਹੀ ਗੱਲ ਤੁਸੀਂ 56 ਦੀ ਜੀ, ਪਹਿਲੇ ਹੀ ਸੱਤੇ 59 ਕੰਪਨੀਆਂ ਨਰਿੰਦਰ ਮੋਦੀ ਨੇ ਬੰਦ ਕਰਨ ਦਾ ਐਲਾਨ ਕੀਤਾ ਸੀ, ਜਿਨ੍ਹਾਂ ਚ ਟਿਕਟੋਕ ਸਮੇਤ ਹੋਰ ਅਨੇਕਾਂ ਕੰਪਨੀਆਂ ਨੇ ਜਿਹੜੀਆਂ ਬਹੁਤ ਸਾਰੇ ਪਲੇਟਫਾਰਮ ਮੁਹੱਈਆ ਕਰਦੀਆਂ ਸੀ, ਤੇ ਜਿਨ੍ਹਾਂ ਦੇ ਵਿਚ ਕੁਛ ਈ ਕਾਮਰਸ ਕੰਪਨੀਆਂ ਵੀ ਸੀ, ਪਰ ਜਦੋਂ ਬਾਅਦ ਦੇ ਵਿਚ ਇਸ ਗੱਲ ਨਾਲ ਸਰਕਾਰ ਦਾ ਥੋੜਾ ਹੀ ਪਿਆਜ ਮਹਿੰਗਾ ਵੀ ਹੋਇਆ, ਕਿਉਂਕਿ ਇਹੀ ਕੰਪਨੀਆਂ ਜਿਨ੍ਹਾਂ ਨੂੰ ਬੰਦ ਕਰਨ ਦੀ ਗੱਲ ਕੀਤੀ ਆ ਇਨ੍ਹਾਂ ਹੀ ਕੰਪਨੀਆਂ ਤੋਂ ਮੋਦੀ ਸਾਹਿਬ ਨੇ PM ਕੇਅਰ ਫੰਡ ਲਈ ਪੈਸੇ ਵੀ ਲਏ ਹੋਏ ਸੀ, ਲਏ ਹੋਣੇ, ਪੈਸਾ ਵੀ ਲਿਆ ਹੋਇਆ ਸੀ। ਹਾਂ, ਸੋ ਇਸ ਤਰ੍ਹਾਂ ਦੇ ਹਾਲਾਤ ਦੇ ਵਿਚ ਹੁਣ ਰਹੀ ਗੱਲ ਅਮਰੀਕਾ ਦੀ, ਅਮਰੀਕਾ ਨਾਲ ਜਿਹੜੀਆਂ ਨੇੜਤਾਵਾਂ ਪਿਛਲੇ ਸਮੇਂ ਚ ਵਧੀਆਂ ਸੀ ਉਹ ਉਪਰੇ ਢੰਗ ਨਾਲ ਹੀ ਵਧੀਆਂ ਨੇ ਤੁਹਾਡਾ ਜੀ,
ਦੋ ਲੀਡਰਾਂ ਦੀਆਂ ਜੱਫੀਆਂ ਪੈਣ ਨੂੰ ਦੇਸ਼ਾਂ ਦਾ ਸੰਬੰਧ ਨਹੀਂ ਮੰਨਿਆ ਜਾਂਦਾ। ਬਿਲਕੁਲ 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 ਸਹੀ ਗੱਲ। ਡੋਨਲਡ ਟਰੰਪ ਤੇ ਨਰਿੰਦਰ ਮੋਦੀ ਇੱਕ ਦੂਜੇ ਨੂੰ ਜੱਫੀਆਂ ਪਾਉਂਦੇ ਨੇ, ਇੱਕ ਦੂਜੇ ਲਈ ਰੈਲੀਆਂ ਕਰਦੇ ਨੇ, ਇਹਦਾ ਮਤਲਬ ਇਹ ਨਹੀਂ ਵੀ ਭਾਰਤ ਤੇ ਅਮਰੀਕਾ ਦੇ ਸੰਬੰਧ ਸੁਧਰ ਗਏ। ਜੀ ਜੀ, ਭਾਰਤ ਤੇ ਅਮਰੀਕਾ ਦੇ ਸੰਬੰਧਾਂ ਦੀ ਜੇ ਗੱਲ ਕਰਨੀ ਹੋਵੇ, ਹਜੇ ਤਾਂ 3 ਦਿਨ ਪਹਿਲਾਂ ਹੀ ਅਮਰੀਕਾ ਨੇ ਭਾਰਤ ਨੂੰ ਪਾਕਿਸਤਾਨ ਵਾਲੀ ਕੈਟਾਗਰੀ ਦੇ ਵਿੱਚ ਪਾਤਾ। ਇਹ ਕੈਟਾਗਰੀ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਨੂੰ ਰੱਖਿਆ ਹੋਇਆ ਤੇ ਇਥੋਪੀਆ ਵਗੈਰਾ ਦੇਸ਼ਾਂ ਨੂੰ ਰੱਖਿਆ ਹੋਇਆ ਵਾ। ਭਾਰਤ ਨੂੰ ਵੀ ਉਸੇ ਜੀ ਪਾਤਾ, ਆਪਦੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਭਾਰਤ ਜਾਣ ਤੋਂ ਪਹਿਲਾਂ ਮਤਲਬ ਚੇਤਾਵਨੀ ਜਾਰੀ ਹੁੰਦੀ ਆ ਵੀ ਜੇ ਤੁਸੀਂ ਭਾਰਤ ਚੱਲੇ ਹੋ ਤਾਂ ਬਚ ਬਚਾ ਕੇ ਜਾਇਓ। ਇਹਦਾ ਮਤਲਬ ਜਾਂਦੀ ਜਿਵੇਂ ਪਾਕਿਸਤਾਨ ਕੋਈ ਅਮਰੀਕਾ ਦਾ ਬੰਦਾ ਜਾਂਦਾ ਤਾਂ ਜਿਵੇਂ ਉਹਨੂੰ ਚੇਤਾਵਨੀ ਦਿੱਤੀ ਜਾਂਦੀ ਆ, ਉਹਨੂੰ ਵਾਰਨਿੰਗ ਦਿੱਤੀ ਜਾਂਦੀ ਆ, ਉਹਨੂੰ ਕੁਛ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਉੱਥੇ ਜਾ ਕੇ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਵਾ। ਤੇ ਇਵੇਂ ਜਿਹੜੇ ਹੁਣ ਭਾਰਤ ਨੂੰ ਆਉਣ ਵਾਲੇ ਨੇ ਉਹਨਾਂ ਨੂੰ ਵੀ ਪਾਕਿਸਤਾਨ ਜਾਂਦੀ, ਸਾਡੀ ਤੁਲਨਾ ਤਾਂ ਉਹ ਪਾਕਿਸਤਾਨ ਦੇ ਨਾਲ ਕਰੀ ਜਾ ਰਹੇ ਨੇ। ਪਰ ਸਾਡੇ ਰਾਸ਼ਟਰਪਤੀ ਅਮਰੀਕਾ ਦੇ ਰਾਸ਼ਟਰਪਤੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਜੱਫੀਆਂ ਵੀ ਪਾਉਂਦੇ ਨੇ, ਹੌਲੀ ਮੋਟੀ ਰੈਲੀ ਅਮਰੀਕਾ ਚ ਹੁੰਦੀ ਆ, ਵੈਲਕਮ ਟੂ ਨਮਸਤੇ ਇੰਡੀਆ ਗੁਜਰਾਤ ਦੇ ਹੁੰਦਾ ਤੇ ਐਨ ਉਸੇ ਵੇਲੇ ਦਿੱਲੀ ਦੇ ਵਿੱਚ ਦੰਗੇ ਵੀ ਹੁੰਦੇ ਨੇ। ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹਦੇ ਨਾਲ ਇੱਕ ਗੱਲ ਤਾਂ ਬੜੀ ਸਾਫ਼ ਹੈ ਵੀ ਦੋ ਲੀਡਰਾਂ ਦੀਆਂ ਜੱਫੀਆਂ ਪੈਣ ਨੂੰ ਭਾਰਤ ਤੇ ਅਮਰੀਕਾ ਦੇ ਸੰਬੰਧਾਂ ਨਾਲ ਜੋੜ ਕੇ ਦੇਖਣਾ, ਕਿਉਂਕਿ ਜਿਹੜੇ ਸਾਡੇ ਪੁਰਾਣੇ ਲੀਡਰ ਸੀ ਨਾ ਪਹਾੜਾ ਜੀ ਜਿਵੇਂ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਸ਼ਾਸਤਰੀ, ਜਿਹੜੇ ਮਤਲਬ ਜਿਹਨਾਂ ਦਾ ਅੰਤਰਰਾਸ਼ਟਰੀ ਪੱਧਰ ਤੇ ਇੱਕ ਵੱਡਾ ਕੱਦ ਕਾਠ ਸੀ, ਉਹ ਆਪਣੇ ਜੇ ਉਹਨਾਂ ਦੇ ਕਿਸੇ ਦੇਸ਼ ਦੇ ਮੁਖੀ ਨਾਲ ਚੰਗੇ ਸੰਬੰਧ ਸੀ ਤਾਂ ਉਹਨਾਂ ਨੇ ਉਹਨਾਂ ਸੰਬੰਧਾਂ ਦੀ ਵਰਤੋਂ ਦੇਸ਼ ਦੇ ਵਿਕਾਸ ਲਈ ਕੀਤੀ। ਪਰ ਹੁਣ ਜੇ ਚੰਗੇ ਸੰਬੰਧਾਂ ਦੀ ਵਰਤੋਂ ਦੇਸ਼ ਦੇ ਵਿਕਾਸ ਲਈ ਨਹੀਂ ਹੋ ਰਹੀ, ਇਹ ਪੁੱਠੇ ਖੰਭਾਂ ਦੀ ਹੋ ਰਹੀ ਹੈ। ਸੋ ਇਸ ਕਰਕੇ ਇਹਨੂੰ ਉੱਧਰ ਨੂੰ ਤਾਂ ਛੋੜ ਕੇ ਦੇਖਣਾ ਮੈਨੂੰ ਨਹੀਂ ਲੱਗਦਾ ਕੋਈ ਬਹੁਤੀ ਚੰਗੀ ਗੱਲ। ਹਾਂ, ਰਹੀ ਗੱਲ ਜਿਹੜੀ ਜਿਸ ਤਰ੍ਹਾਂ ਮੀਡੀਆ ਰਿਪੋਰਟਰ ਸਾਡੇ ਕੋਲ ਪਹੁੰਚਦੀਆਂ ਨੇ, ਉਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਸਾਡੇ ਤੱਕ ਨਾ ਪਹੁੰਚਦੀਆਂ ਹੋਣ, ਜਿਵੇਂ ਤੁਸੀਂ ਦੱਸਦੇ ਹੋ ਵੀ ਅਮਰੀਕਾ ਦਾ ਜਿਹੜਾ ਮੀਡੀਆ ਉਹ ਡੋਨਲਡ ਟਰੰਪ ਦੇ ਮੋਟੇ ਤੌਰ ਤੇ ਖਿਲਾਫ਼ ਹੈ ਤੇ ਬਹੁਤੇ ਚੈਨਲ ਨੇ ਉਹਦੀ ਵਿਰੋਧਤਾ ਕਰ ਰਹੇ ਨੇ। ਜਿਵੇਂ 2014 ਦੀਆਂ ਚੋਣਾਂ ਤੋਂ ਪਹਿਲਾਂ ਭਾਰਤੀ ਮੀਡੀਆ UPA ਤੇ ਕਾਂਗਰਸ ਦੇ ਖਿਲਾਫ਼ ਜ਼ੋਰਦਾਰ ਮਹਿਮਮ ਵੀ ਬੈਠਾ ਸੀ ਤੇ ਉਹਦਾ ਨਤੀਜਾ ਨਿਕਲਿਆ ਵੀ 2014 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਗਏ ਤੇ ਉਹ ਤੁਹਾਡੇ ਇੱਥੇ ਕੀ ਹੋਊਗਾ ਮੈਨੂੰ ਨਹੀਂ ਪਤਾ, ਲੇਕਿਨ ਜਿਹੜੀਆਂ ਉੱਪਰੋਂ ਥੋੜੀ ਵਾਪਰੀਆਂ ਘਟਨਾਵਾਂ ਨੇ, ਚਾਹੇ ਉਹ ਪਹਿਲਾਂ ਇੱਕ ਕਾਲੇ ਨੌਜਵਾਨ ਦੇ ਗਰਦਨ ਦੇ ਉੱਤੇ ਗੋਟਾ ਰੱਖ ਕੇ ਕਿਸੇ ਪੁਲਿਸ ਵਾਲੇ ਵੱਲੋਂ ਉਹਨੂੰ ਮਾਰਿਆ ਗਿਆ ਤੇ ਹੁਣ ਇੱਕ ਦੇ ਪਿੱਠ ਚ ਗੋਲੀਆਂ ਮਾਰ ਕੇ ਉਹਨੂੰ ਮਾਰਿਆ ਗਿਆ ਤੇ ਉਸ ਤੋਂ ਬਾਅਦ ਲੱਗੀਆਂ, ਪਹਿਲਾਂ ਵੀ ਦੋ ਵਾਰੀ ਅੱਗਾਂ ਲੱਗ ਚੁੱਕੀਆਂ ਨੇ। ਹਾਲਾਤ ਮੈਂ ਬਹੁਤੇ ਚੰਗੇ ਤਰ੍ਹਾਂ ਨੂੰ ਨਹੀਂ ਕਹਿ ਸਕਦਾ, ਲੇਕਿਨ ਜਿਹੜੀਆਂ ਚੋਣਾਂ ਦੇ ਵਿੱਚ ਲੋਕਾਂ ਦਾ ਰਵੱਈਆ ਕਿਹੋ ਜਿਹਾ ਹੋਊਗਾ ਇਹਦੇ ਬਾਰੇ ਤਾਂ ਸਾਨੂੰ, ਕਿਉਂਕਿ ਤੁਸੀਂ ਮੇਰੇ ਦੇਖਦੇ ਹੋ, ਅਸੀਂ ਤਾਂ ਜਿਹੜੀਆਂ ਮੀਡੀਆ ਰਿਪੋਰਟਾਂ ਨੇ ਉਹਨਾਂ ਦੇ ਉੱਤੇ ਨਿਰਭਰ ਹੈ, ਸਾਡੇ ਕੋਲ ਤਾਂ ਜੋ ਜਾਣਕਾਰੀ ਮੀਡੀਆ ਰਾਹੀਂ ਪਹੁੰਚ ਸ਼ਾਨ ਕਰਕੇ ਆਉਂਦੀ ਹੈ ਅਸੀਂ ਤਾਂ ਉਹਨੂੰ ਆਧਾਰ ਮੰਨ ਕੇ ਕੋਈ ਆਪਣਾ ਮਨ ਬਣਾਉਂਦੇ ਹਾਂ। ਔਰ ਸਾਡਾ ਮਨ ਬਣਾਇਆ ਹੋਇਆ ਉਹ ਤਾਂ ਕੰਮ ਵੀ ਨਹੀਂ ਆਉਂਦਾ, ਕਿਉਂਕਿ ਰਾਸ਼ਟਰਪਤੀ ਤੁਹਾਡਾ ਚੁਣਿਆ ਜਾਣਾ ਤੇ ਸਾਰੇ ਜਿਹੜੇ ਮਤਲਬ ਮੈਂ ਇਹ ਗੱਲ ਕਹਿ ਸਕਦਾ ਵਾ ਵੀ ਇਸ ਗੱਲ ਨੂੰ ਆਪਾਂ ਇਨਕਾਰ ਨਹੀਂ ਕਰਦੇ ਵੀ ਚੀਨ ਜਾਂ ਰੂਸ ਦੋਨੋਂ ਅਮਰੀਕੀ ਚੋਣ ਨੂੰ ਪ੍ਰਭਾਵਿਤ ਨਹੀਂ ਕਰਨਗੇ। ਦੋਨੋਂ ਦੇਸ਼ ਚੀਨ ਵੀ ਤੇ ਰੂਸ ਵੀ ਦੋਨੋਂ ਅਮਰੀਕੀ ਰਾਸ਼ਟਰਪਤੀ ਦੀ ਚੋਣ ਨੂੰ ਪ੍ਰਭਾਵਿਤ ਕਰਨ ਦੀ ਹੈਸੀਅਤ ਵੀ ਰੱਖਦੇ ਨੇ ਤੇ ਕਰਨਗੇ ਵੀ। ਉਹ ਕਿੱਧਰ ਨੂੰ ਜਾਊਗੀ ਗੱਲ ਇਹ ਭਾਈ ਰਹਿ ਗਏ ਦਿਨ ਥੋੜੇ ਤੇ ਆਜੂ ਸਾਹਮਣੇ ਕਿੱਧਰ ਦਿਨ ਬਈ ਗੱਲ ਤਾਂ ਇਹ ਹੈ ਨਾ ਗਿੱਲ ਸਾਹਿਬ ਕਿ ਅਮਰੀਕਾ ਦੀ ਜਦੋਂ ਜਿਹੜੀ ਚੋਣ ਪ੍ਰਕਿਰਿਆ ਇਹਨੂੰ ਪ੍ਰਭਾਵਿਤ ਕਰਨ ਦੀ ਇਹ ਦੇਸ਼ ਪੂਰੇ ਬਾਹ ਲਾ ਰਹੇ ਨੇ, ਕਰਨਗੇ ਵੀ ਜ਼ੋਰ ਲੱਗੂ ਇਹਨਾਂ ਦਾ ਪੂਰਾ, ਪਰ ਇਹਨਾਂ ਦੇ ਕਰਨ ਤੋਂ ਮਾਰੋ ਜਿਹੜੇ ਦੋ ਕੈਂਡੀਡੇਟਾਂ ਦੇ ਵਿੱਚ ਜਿੱਥੇ ਕੇ ਇੱਕ ਆਉਂਦਾ ਉਹ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕਰੂਗਾ, ਇਹ ਗੱਲ ਦੀ ਵੀ ਗਰੰਟੀ ਹੈ ਬਾਅਦ ਦੇ ਜੀ। ਬਿਲਕੁਲ ਥਾਣੇਦਾਰ ਪਾਉਂਦਾ ਅਮਰੀਕਾ ਆਪਣੇ ਆਪ ਨੂੰ ਜੀ, ਹਰ ਜਿਹੜੇ ਛੋਟੇ ਮੁਲਕ ਨੇ ਉਹਨਾਂ ਦੀ ਬਾਂਹ ਮਰੋੜਨ ਦੀ ਸਮਰੱਥਾ ਵੀ ਰੱਖਦਾ। ਪਰ ਜੇ ਆਪਾਂ ਕਹੀਏ ਵੀ ਚੀਨ ਨੂੰ ਅੱਖਾਂ ਦਿਖਾਉਣ ਦੀ ਜਾਂ ਰੂਸ ਨੂੰ ਅੱਖਾਂ ਦਿਖਾਉਣ ਦੀ ਹੈਸੀਅਤ ਪਹਿਲਾਂ ਵਾਂਗੂ ਨਹੀਂ ਰਹੀ ਅਮਰੀਕਾ ਦੀ, ਕਿਉਂਕਿ ਅਮਰੀਕਾ ਜਿਹੜਾ ਰੂਸ ਹੈ ਭਾਵੇਂ ਰੂਸ ਦੇ ਟੋਟੇ ਟੋਟੇ ਕਰਕੇ ਸੋਵੀਅਤ ਯੂਨੀਅਨ ਨੂੰ ਤੋੜਨ ਤੋਂ ਬਾਅਦ ਅਮਰੀਕਾ ਦੀ ਪੂਰੀ ਦੁਨੀਆਂ ਚ ਮਤਲਬ ਇੱਕ ਕਿਸਮ ਦਾ ਜਿਹੜਾ ਪਹਿਲਾਂ ਦੋ ਧਰੂਵੀ ਦੁਨੀਆਂ ਸੀ ਉਹ ਇੱਕ ਧਰੂਵੀ ਬਣ ਗਈ ਸੀ, ਪਰ ਹੁਣ ਫਿਰ ਦੁਆਰਾ ਜਿਹੜੀ ਮਲਟੀ ਡਾਇਮੈਂਸ਼ਨਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਜਾਂ ਹੁਣ ਮਤਲਬ ਇੱਕ ਧਰੂਵੀ ਨਹੀਂ ਹੈ, ਹੁਣ ਦੁਨੀਆਂ ਦੇ ਵਿੱਚ ਦੋ ਤਿੰਨ ਧਰੁਵ ਜਿਹੜੇ ਨੇ ਉਹ ਸੈਂਟਰਡ ਹੋ ਗਏ ਨੇ। ਚੀਨ ਵੀ ਦੁਨੀਆਂ ਨੂੰ ਪ੍ਰਭਾਵਿਤ ਕਰਦਾ,
रूस भी दुनिया ने प्रभावित करता अमरीका भी दुनिया ने प्रभावित करता। हाँ जिहड़े जिवें किसी वेले इंग्लैंड की टूटी बोली रही है उहदा प्रभाव जरूर पड़िया दुनिया च। बिलकुल बिलकुल, क्योंकि जदों जे वलादिमीर पुतिन जी जड़े ओ आए ने ओ एक बहुत ही चलाक सुलझे हुए नेता ने जिन्हां दी रहनुमाई थले रशिया जड़ा ओ काफी अगे वध रहा है, भावे ओ बड़े तेज तरार लीडर ने केजीबी दे जड़े ओ खास वड्डे अहुदेदार भी रहे ने, इसे तरह चाइना वाले जड़े ने ਉਹ ਵੀ ਕਾਫੀ ਜਿਹੜੇ ਚਲਾਕ ਲੀਡਰ ਨੇ। ਗਿੱਲ ਸਾਹਿਬ ਇਹ ਗੱਲ ਪੱਕੀ ਹੈ, ਸਾਡੇ ਕੋਲ 8-9 ਜਿਹੜੇ ਨਾਂ ਹੋਰ ਆਏ ਨੇ ਜਿਹੜੇ ਸਾਡੇ ਸਰੋਤਿਆਂ ਨੇ ਸਾਡੇ ਜੀ ਜੀ ਉਹਨਾਂ ਦੇ ਵਿਚ ਜਿਹੜੇ ਨਵੇਂ ਨਾਂ ਨੇ ਗੁਰਪ੍ਰੀਤ ਸਿੰਘ ਸਿੱਧੂ, ਹਰਸਿਮਰਨ ਸਿੰਘ, ਜਸਵੀਰ ਬੈਣੀਪਾਲ, ਜਗਜੀਵਨ ਧਾਲੀਵਾਲ, ਅਨਾਰਸੀ ਦਾਸ, ਰਣਜੀਤ ਸਿੰਘ ਥਾਂਦੇਵਾਲਾ, ਬਲਦੇਵ ਸਿੰਘ ਪਠਾਨਕੋਟ ਵਾਲਾ ਤੇ ਬਲਜੀਤ ਭੂਣੀ, ਇਹ ਜਿਹੜੇ ਨਾਂ ਸਾਡੇ ਕੋਲ ਹੋਰ ਆਏ ਨੇ ਤੇ ਅਸੀਂ ਬੇਨਤੀ ਵੀ ਕਰਦੇ ਹਾਂ ਕਿ ਆ 3-4 ਦਿਨ ਇਸ ਹਫ਼ਤੇ ਦੇ ਹੋਰ ਰਹਿੰਦੇ ਨੇ ਤੇ ਪਲੀਜ਼ ਵੱਧ ਤੋਂ ਵੱਧ ਜਿੰਨੇ ਤੁਸੀਂ ਇਸ ਫੰਡ ਰੇਜਿੰਗ ਦੇ ਵਿਚ ਹਿੱਸਾ ਪਾ ਸਕਦੇ ਹੋ ਰੇਡੀਓ ਚੰਨ ਪਰਦੇਸੀ ਦੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਗਿੱਲ ਸਾਹਿਬ ਇੱਕ ਬ੍ਰੇਕ ਲੈਂਦੇ ਹਾਂ, ਛੋਟੀ ਜਿਹੀ ਬ੍ਰੇਕ, ਇੱਕ ਬ੍ਰੇਕ ਤੋਂ ਮਗਰੋਂ ਫਿਰ ਚੱਲਦੇ ਹਾਂ ਅਗਲੇ ਮੁੱਦੇ ਵੱਲ। ਜੀ ਰੇਡੀਓ ਚੰਨ ਪਰਦੇਸੀ ਦੇ ਸਤਿਕਾਰਤ ਸਰੋਤਿਆਂ ਲਈ ਇੱਕ ਸੂਚਨਾ। ਰੇਡੀਓ ਚੰਨ ਪਰਦੇਸੀ ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਵੱਖ ਵੱਖ ਮਹਿਮਾਨ ਸ਼ਖਸੀਅਤਾਂ ਵੱਲੋਂ ਵੱਖ ਵੱਖ ਵਿਸ਼ਿਆਂ ਤੇ ਪੇਸ਼ ਕੀਤੇ ਜਾਂਦੇ ਵਿਚਾਰਾਂ ਨਾਲ ਰੇਡੀਓ ਚੰਨ ਪਰਦੇਸੀ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ ਹੈ। ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ। ਗਿੱਲ ਸਾਹਿਬ ਜੇ ਆਪਾਂ ਖਾਸ ਮੁੱਦੇ ਦੀ ਗੱਲ ਕਰੀਏ, ਦੇਖੋ ਪਹਿਲਾਂ ਲਵ ਜਿਹਾਦ, ਫਿਰ ਨੌਕਰਸ਼ਾਹੀ ਜਿਹਾਦ, ਇਹ ਤਾਂ ਪਤਾ ਨਹੀਂ ਅੱਗੇ ਕਿਹੜੇ ਕਿਹੜੇ ਜਿਹਾਦ, ਅਜੇ ਤਾਂ ਬੜੇ ਚੱਲਣੇ ਨੇ, ਜਹਾਜ਼ਾਂ ਦਾ ਨਾਂ ਸ਼ੁਰੂ ਹੋ ਗਿਆ, ਜਹਾਜ਼ ਤਾਂ ਚੱਲਣਗੇ ਜਾਂ ਨਹੀਂ ਚੱਲਣਗੇ ਕਰੋਨਾ ਕਰਕੇ, ਪਰ ਜਹਾਜ਼ ਜ਼ਰੂਰ ਚੱਲ ਰਹੇ ਨੇ। ਇਹਦੇ ਨਾਂ ਦੇ ਉੱਤੇ ਸੁਦਰਸ਼ਨ ਨਿਊਜ਼, ਤੁਹਾਡੇ ਜਿਹੜੀ ਨਿਊਜ਼ ਕੰਪਨੀ ਹੈ ਸੁਦਰਸ਼ਨ ਨਿਊਜ਼, ਉਹਦੇ ਮੁੱਖ ਸੰਪਾਦਕ ਨੇ ਸ਼੍ਰੇਸ਼ ਚੌਹਾਨ ਕੇ, ਉਹ ਕਹਿੰਦੇ ਅੱਜ ਕੱਲ ਬੜੇ ਤੱਤੇ ਹੋਏ ਫਿਰਦੇ ਨੇ, ਕੀ ਰੌਲਾ ਉਹਨਾਂ ਦਾ? ਉਹ ਕੱਲ ਉਹਨਾਂ ਨੇ ਜਿਹੜੀ ਜ਼ਹਿਰ ਉਗਲੀ ਆ ਦੁਆਰਾ ਜੀ, ਸਾਰੀਆਂ ਹੱਦਾਂ ਬੰਦੇ ਤੋੜ ਤੇ ਉਹਨਾਂ ਨੇ। ਇਹ ਸੁਦਰਸ਼ਨ ਨਿਊਜ਼ ਨਾਂ ਦਾ ਇੱਕ ਚੈਨਲ ਆ, ਉਂਜ ਤਾਂ ਸਾਡੇ ਦੇਸ਼ ਚ ਚੈਨਲਾਂ ਦੀ ਇੰਨੀ ਕੁ ਭਰਮਾਰ ਹੋ ਗਈ ਆ ਵੀ ਹੁਣ ਮੈਨੂੰ ਹਜੇ ਪੰਜਾਬ ਵਾਲੇ ਕਿਸੇ ਬਾਬੇ ਨੇ ਆਪਣਾ ਚੈਨਲ ਨੀ ਸ਼ੁਰੂ ਕੀਤਾ, ਇਹਨਾਂ ਨੇ ਆਹ ਦੂਜੇ ਚੈਨਲ ਤਾਂ ਸ਼ੁਰੂ ਕੀਤੇ ਨੇ, ਚਾਹੇ ਧੰਦਰੀਆਂ ਵਾਲਾ ਜਾਂ ਕੋਈ ਹੋਰ ਯੂਟਿਊਬ ਯੂਟਿਊਬ ਵਗੈਰਾ ਦੇ ਉੱਤੇ ਜਿਹੜੇ ਸੋਸ਼ਲ ਮੀਡੀਆ ਵਾਲੇ ਹੈਗੇ ਨੇ ਪਲੇਟਫਾਰਮ, ਉਹਨਾਂ ਦੇ ਤਾਂ ਇਹ ਚਲਾਉਂਦੇ ਨੇ, ਇਹਦਾ ਧੰਦਰੀਆਂ ਦੇ ਬਾਬੇ ਦਾ ਵੀ ਚੱਲਦਾ ਤੇ ਹੋਰਾਂ ਦੇ ਵੀ ਚੱਲਦੇ, ਚਮਟੇ ਵਾਲੇ ਵੀ ਚਲਾਈ ਜਾਂਦੇ ਨੇ, ਹਾਂ ਤੇ ਉੱਥੇ ਚਮਟੇ ਪੂਰੇ ਖਰਚਾਉਂਦੇ ਨੇ। ਤੇ ਪਰ ਜਿਹੜਾ ਟੈਲੀਵਿਜ਼ਨ ਨੈਟਵਰਕ ਦੇ ਉੱਤੇ ਰਾਸ਼ਟਰੀ ਪੱਧਰ ਦੇ ਉੱਤੇ ਕੋਈ ਆਸਥਾ ਚੈਨਲ ਹੈ, ਕੋਈ ਸੁਦਰਸ਼ਨ ਨਿਊਜ਼ ਹੈ, ਕੋਈ ਹੋਰ ਮਤਲਬ ਇਸ ਤਰ੍ਹਾਂ ਦੇ ਚੈਨਲ ਨੇ ਸਵੇਰੇ ਸਵੇਰੇ, ਕੁਛ ਲੋਕ ਨੇ ਜਿਹੜੇ ਸਿਰਫ ਜੋਤਿਸ਼ ਦੀਆਂ ਗੱਲਾਂ ਹੀ ਕਰਦੇ ਨੇ, ਜੋਤਿਸ਼ ਦੇ ਵੀ ਚੈਨਲ ਨੇ ਸਾਡੇ ਤਾਂ, ਮਤਲਬ ਅਜੀਬੋ ਗਰੀਬ ਤਰ੍ਹਾਂ ਦੀ। ਹੁਣ ਮੈਂ ਤਾਂ ਕਹੂੰ ਉਹ ਬਹੁਤੇ ਬਲੌਗ ਹੀ ਕੀਤੇ ਹੋਏ ਨੇ, ਨਹੀਂ ਤਾਂ ਪਾਗਲ ਕਰ ਦੇਣ ਬੰਦੇ ਨੂੰ, ਕਿਉਂਕਿ ਤੁਹਾਡੇ ਬੈਡਰੂਮ ਦੇ ਵਿੱਚ ਦਾਖਲ ਹੋਇਆ ਹੋਇਆ ਵਾ ਅੱਜ ਕੱਲ ਟੀਵੀ, ਤੇ ਉਹ ਇੱਕ ਵਾਧੂ ਦਾ ਮਹਿਮਾਨ ਤੁਹਾਡੇ ਅੰਦਰ ਬੜਿਆ ਹੁੰਦਾ ਵਾ ਜਿਹੜਾ ਤੁਹਾਡੀ ਜ਼ਿੰਦਗੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ। ਤੇ ਇਸੇ ਤਰ੍ਹਾਂ ਦਾ ਸੁਦਰਸ਼ਨ ਨਿਊਜ਼ ਜਿਹੜਾ ਇੱਕ ਚੈਨਲ ਹੈ, ਇਹ ਭਗਵਾਨ ਚੈਨਲ ਹੈ, ਇਹਦਾ ਜਿਹੜਾ ਮੁੱਖ ਸੰਪਾਦਕ ਹੈ ਉਹਦਾ ਨਾਂ ਸੁਰੇਸ਼ ਚੌਹਾਨ ਕੇ, ਤੇ ਕੱਲ ਜਿਹੜੀ ਇਹਨੇ ਜ਼ਹਿਰ ਉਗਲੀ ਆ ਸਵਾਲਾ ਜੀ, ਇਹਨੇ ਸਾਰੇ ਦਿਨ ਦੀ ਪੱਤਰਕਾਰਤਾ ਦੇ ਵੀ ਪੱਖ ਚ ਉਡਾਤੇ, ਕੋਈ ਮਤਲਬ ਨੈਤਿਕਤਾ ਵਾਲੀ ਗੱਲ ਜਾਂ ਕੋਈ ਹੋਰ ਕਸਰ ਨਹੀਂ ਛੱਡੀ। ਇੱਥੋਂ ਤੱਕ ਮੈਂ ਕਹਿ ਸਕਦਾ ਵੀ ਦੇਸ਼ ਦੀ ਇੱਕ ਸੰਵਿਧਾਨਕ ਸੰਸਥਾ ਜਿਹੜੀ ਹੈ UPSC ਜਿਹਨੂੰ ਕਹਿੰਦੇ ਆ, ਜਿਹੜੀ ਦੇਸ਼ ਭਰ ਦੇ ਵਿੱਚ IAS IPS IFS IRS ਜਿਹੜੇ ਵੱਡੇ ਸਾਡੇ ਮਤਲਬ ਜਿਹੜੇ ਦੇਸ਼ ਦੇ ਪ੍ਰਬੰਧ ਨੂੰ ਚਲਾਉਣ ਵਾਲੇ ਅਧਿਕਾਰੀ, ਉਹਨਾਂ ਦੀ ਚੋਣ ਕਰਨ ਵਾਲੀ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਸੰਵਿਧਾਨਕ ਸੰਸਥਾ ਹੈਗੀ ਆ, ਇਹਨੇ ਉਹਦੇ ਉੱਤੇ ਵੀ ਸਵਾਲ ਉਠਾਏ ਨੇ, ਪਰ ਹਾਲੇ ਤੱਕ ਦੇਸ਼ ਦੀ ਸਰਕਾਰ ਦਾ ਇਸ ਮਾਮਲੇ ਤੇ ਚੁੱਪ ਰਹਿਣਾ ਔਰ
सत्ता से बैठी भारतीय जनता पार्टी का इस मामले चुप बटना प्रधानमंत्री या नरेंद्र मोदी या अमित शाह का इस मामले से चुप बटना जरा बहुत नवे सवाल खड़े करता। राणा जी सुदर्शन न्यूज चैनल के संपादक ने अपनी नफरती बोलबाणी दिया सारिया हदा लंघ के कल यह लिखा कई अचानक नौकरशाही मुसलमाना की बहुतात नौकरशाही उस भैड़ का दर्जा देता। उन्हें यह भी कहा भी अज जनदिया हूं जो दिन चढ़ गया साढ़े तकरीबन क्योंकि थोड़ी देर सूरज के बाद आ जाना अज दिने उन्हें दावा किया भी मैं एक प्रोग्राम पेश करना अपने टीवी चैनल के उत्ते। अच्छा। जानकारी उन्हें कल ट्विटर के उत्ते साझी की है। उन्हें कहा भी पुलिस और सिविल प्रशासनिक अधिकारियों की जो चोन की जाती है इसमें अचानक मुसलमानों की गिनती बढ़ना यह जिवें लव जिहाद सी कहिंदा इह जिहड़ा आह इन्होंने नौ दिता नौकरशाही जहाद। अच्छा। या अफसरशाही जहाद कहिंदा भी हुण जिहड़े जामिया मिलिया यूनिवर्सिटी आ उहदे जिहड़े उत्थों पढ़े जहादी कहिंदी विद्यार्थियों नूं जहादी शब्द वरत्या। अच्छा। जामिया मिलिया यूनिवर्सिटी के जहादी जिहड़े ने कहिंदा जे उह देश दे विच आईएएस आईपीएस अफसर बन के आउणगे ते उह जिलिआं दे विच डीसी लगणगे जिलिआं दे विच एसएसपी लगणगे कमिश्नर लगणगे ते सरकारां दे विच सैकटरी दे अहुदे ते जाणगे तां देश दा बणूगा की हिंदू कित्थे जाणगे। अच्छा। इह मतलब जण दी जिहड़ी इस तरह की ट्वीट उहने कीती आ इहदे नाल जिहड़ी साडे अफसरशाही दी जथेबंदियां ने पुलिस दीआं वी ते सिविल प्रशासनिक अधिकारियों दीआं जथेबंदियां ने उन्हां दे अनेक अफसर ने इहदे विरुद्ध आवाज उठाई आ और इत्थों तक भी कहा भी ये नफरती भाषण है ये कानून की उलंघना है ये एक अपराध है इस बंदे के खिलाफ कार्रवाई होनी चाहिए। पर उन्हें अपनी दूजी ट्वीट दे विच एक नवा चंद चाढ़ता। अच्छा। मैं जिवें तुहानूं पहला दस्सिया भी बीजेपी चुप है इस मामले से सरकार चुप है कोई बोलने को तैयार नहीं ते सुरेश चौहानके ने अपने दूजे ट्वीट दे विच इत्थों तक कहता कहिंदा भारतीय जनता पार्टी दे जिहड़े एक राज्यसभा मैंबर ने हरनाथ सिंह यादव कहिंदा मैं उन्हां दा धन्नवाद करदा भी उह मैनूं मिल के गए ने ते मैनूं इस बारे पुछ के मैनूं सारी जानकारी लैके गए ने और उन्हां ने मैनूं भरोसा दित्ता भी उह राज्यसभा दे स्पीकर राज्यसभा दे विच स्पीकर नूं स्पीकर दा भाव राज्यसभा दे विच स्पीकर दा मतलब हुंदा साडे देश दा उपराष्ट्रपति कहिंदे सी उहनूं एक जिहड़ा सवाल नोटिस जारी दे के ध्यान दवाऊ मता लियावांगे ते उहने सगों इह वी गल कही भी मैं बाकी लोक सभा ते राज्यसभा दे मैंबरां नूं बेनती करदा भी नौकरशाही जहाद विरुद्ध उह वी वड्डी पद्धर ते आवाज उठाउण। इह जिहड़ी वीडियो आ कल ट्विटर ते उहने शेयर कीती आ तवाणा जी ते उहदा कहिणा इह आ हुण जामिया देखण नूं तां ऐ लगदा भी जिवें इह मुसलमान ना आए हैना जामिया असल च जामिया दा मतलब यूनिवर्सिटी हुंदा जामिया कोई जामिया दा मतलब मुसलमान नहीं है उर्दू दा शब्द हो जामिया। हां जामिया दा मतलब यूनिवर्सिटी मिलिया दा मतलब राष्ट्रीय ये एक नेशनल यूनिवर्सिटी है ते कमाल दी गल ए आ भी पहला भी कई बार इनू रैंकिंग दे विच देश दी सब तो टॉप यूनिवर्सिटी मन्या गया और इस बार जदों जामिया मिलिया यूनिवर्सिटी दे खिलाफ इन्नी जहर उबली आ टीवी चैनलां ने इन्ना रौला रप्पा मचाया इहदे बावजूद इस बार भी टॉप रैंकिंग दे विच जामिया मिलिया यूनिवर्सिटी नंबर वन देश दी यूनिवर्सिटी साबित होई आ ते इहदे तों कोई इनकार नहीं कर सकता और देश दे प्रधानमंत्री और जिहड़े गृह मंत्री ने उन्होंने ते सिक्ख्या मंत्री ने उन्होंने बधाई भी दित्ती यूनिवर्सिटी दे प्रबंधकां नूं भी तुसीं कमाल करती आ। कमाल दी गल देखो तुसीं भी कहा यह जा रहा भी जे उत्थों पढ़ के जिहड़े जहादी अफसर बनणगे तां कहिंदे देश दा की बनूगा। ਹੁਣ ਕਈ ਜਿਹੜੇ ਪੁਲਿਸ ਅਫਸਰ ਨੇ ਜਿਨ੍ਹਾਂ ਚ ਐਮ ਸੀ ਅਸਥਾਨਾ ਜਿਹੜੇ ਸੇਵਾ ਮੁਕਤ ਹੋ ਚੁੱਕੇ ਨੇ ਕੇਰਲਾ ਕੇਡਰ ਦੇ ਸੀ ਉਹ ਸੀ ਆਰ ਪੀ ਐਫ ਦੇ ਵਿੱਚ ਮੁਖੀ ਵੀ ਰਹਿ ਚੁੱਕੇ ਨੇ ਆਈ ਜੀ ਦੇ ਅਹੁਦੇ ਤੇ ਵੀ ਰਹੇ ਨੇ ਉਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਇੱਕ ਕੋਬਰਾ ਸੀ ਆਰ ਪੀ ਐਫ ਦੀ ਇੱਕ ਕੋਬਰਾ ਨਾਂ ਦੀ ਇੱਕ ਆਰਗਨਾਈਜੇਸ਼ਨ ਉਹਨਾਂ ਨੇ ਬਣਾਈ ਹੋਈ ਆ ਜਿਹਨੂੰ ਉਹਨਾਂ ਨੇ ਹੈੱਡ ਕੀਤਾ ਕਾਫੀ ਦੇਰ ਉਹਦੇ ਮੁਖੀ ਵੀ ਰਹੇ ਨੇ ਉਹ ਜਿਹਨਾਂ ਨੇ ਅਨੇਕਾਂ ਜਿਹੜੇ ਨਾਮੀ
ਸੀਗੇ ਅੱਤਵਾਦੀ ਜਿਹਨਾਂ ਨੂੰ ਕਹੀਏ ਟੈਰਰਿਸਟ ਜਿਹਨਾਂ ਦੇ ਨਾਂ ਤੋਂ ਕੰਬਦੇ ਸੀ ਲੋਕ ਉਹਨਾਂ ਨੂੰ ਮਤਲਬ ਮਾਰ ਮੁਕਾਉਣ ਵਾਲਿਆਂ ਚ ਅਫਸਾਨਾ ਦਾ ਨਾਂ ਸਭ ਤੋਂ ਉੱਤੇ ਮੰਨਿਆ ਜਾਂਦਾ ਔਰ ਉਹਨੇ ਇਹ ਗੱਲ ਕਹੀ ਆ ਵੀ ਜੇ ਇਹ ਗੱਲ ਸੁਰੇਸ਼ ਚੌਹਾਨ ਕੇ ਕਹਿ ਰਿਹਾ ਤਾਂ ਇਹ ਇੱਕ ਅਪਰਾਧ ਹੈ ਉਹਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਆ ਇਹ ਨਫ਼ਰਤ ਫੈਲਾਉਣ ਦੀ ਜਿਹੜੀ ਸਭ ਤੋਂ ਵੱਡੀ ਸਾਜਿਸ਼ ਵੀ ਹੋ ਸਕਦੀ ਆ ਸੋ ਇਸ ਗੱਲ ਨਾਲ ਅੱਜ ਦੇਖੋ ਉਹ ਪ੍ਰੋਗਰਾਮ ਪੇਸ਼ ਕਰਨ ਦੀ ਆਗਿਆ ਸਰਕਾਰ ਦਿੰਦੀ ਆ ਜਾਂ ਨਹੀਂ ਦਿੰਦੀ ਇਹ ਤਾਂ ਪਤਾ ਲੱਗੂਗਾ ਦਿਨ ਚੜੇ ਤੋਂ ਟਵਾੜਾ ਜੀ ਪਰ ਅਜੇ ਤੱਕ ਇਸ ਸਾਰੇ ਮਾਮਲੇ ਦੇ ਉੱਤੇ ਸਰਕਾਰ ਦਾ ਚੁੱਪ ਰਹਿਣਾ ਗ੍ਰਹਿ ਮੰਤਰੀ ਦਾ ਪ੍ਰਧਾਨ ਮੰਤਰੀ ਦਾ ਚੁੱਪ ਰਹਿਣਾ ਤੇ ਦੇਸ਼ ਦੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਦਾ ਚੁੱਪ ਰਹਿਣਾ ਜਾਂ ਪ੍ਰਸ਼ਾਸਨਿਕ ਜਿਹੜੇ ਅਹੁਦਿਆਂ ਦੇ ਉੱਤੇ ਬੈਠੇ ਵੱਡੇ ਅਫਸਰ ਨੇ ਉਹਨਾਂ ਵੱਲੋਂ ਹਾਲੇ ਤੱਕ ਕਿਸੇ ਕਾਰਵਾਈ ਦਾ ਇਸ਼ਾਰਾ ਨਾ ਹੋਣਾ ਇਹ ਬਹੁਤ ਹੀ ਖਤਰਨਾਕ ਰੁਝਾਨ ਹੈ ਤੁਹਾਡਾ ਜੀ ਬਿਲਕੁਲ ਬਿਲਕੁਲ ਗਿੱਲ ਸਾਹਿਬ ਤੁਸੀਂ ਇੱਕ ਗੱਲ ਦੇਖੀ ਹੋਣੀ ਆ ਕਈ ਵਾਰੀ ਮੈਂ ਹੈਰਾਨ ਹੁੰਦਾ ਹੁੰਦਾ ਆ ਪਿੱਛੇ ਜੇ ਇੱਕ ਬੜੇ ਹੋਣਹਾਰ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਉਹਨਾਂ ਨੇ ਖੁਦਕੁਸ਼ੀ ਕਰ ਲਈ ਫਾਹਾ ਲੈ ਕੇ ਫਾਹ ਲੈ ਲਿਆ ਹੁਣ ਉਹਦੀ ਜੇ ਮਹਾਰਾਸ਼ਟਰ ਦੀ ਆਪਾਂ ਗੱਲ ਕਰੀਏ ਮਹਾਰਾਸ਼ਟਰ ਦੀ ਪੁਲਿਸ ਵੱਲੋਂ ਜਿਹੜੀ ਉਹ ਇਨਕੁਆਇਰੀ ਹੋ ਰਹੀ ਸੀ ਪਰ ਉਹਦੇ ਉੱਤੇ ਇੱਕ ਸਾਡੇ ਬੀਜੇਪੀ ਦੇ ਨੇਤਾ ਨੇ ਸੁਬਰਾਮਨੀਅਮ ਉਹਨਾਂ ਨੇ ਬੜੀ ਮੰਗ ਰੱਖੀ ਜੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ ਬਿਹਾਰ ਪੁਲਿਸ ਨੇ ਵੀ ਕੋਸ਼ਿਸ਼ ਕੀਤੀ ਅਖੀਰ ਨੂੰ ਸੀਬੀਆਈ ਦੀ ਜਾਂਚ ਜਿਹੜੀ ਹੈ ਕੋਰਟ ਨੇ ਉਹ ਕਰਨ ਨੂੰ ਕਹਿ ਦਿੱਤਾ ਉਹ ਜਦੋਂ ਸੀਬੀਆਈ ਦੀ ਜਾਂਚ ਸ਼ੁਰੂ ਹੁੰਦੀ ਹੈ ਉਹਦੇ ਵਿੱਚ ਚਲੋ ਕੋਈ ਗੱਲ ਫਰੈਂਡ ਹੈ ਰੀਆ ਚੱਕਰਵਰਤੀ ਉਹਦੇ ਉੱਤੇ ਵੀ ਦੋਸ਼ ਲੱਗ ਰਹੇ ਨੇ ਹੋਰਾਂ ਦੇ ਬੰਦਿਆਂ ਦੇ ਉੱਤੇ ਵੀ ਦੋਸ਼ ਲੱਗ ਰਹੇ ਨੇ ਪਰ ਗੱਲ ਘੁੰਮ ਘੁਮਾ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸ਼ਾਹਰੁਖ ਖਾਨ ਦੇ ਉੱਤੇ ਅਮੀਰ ਖਾਨ ਦੇ ਉੱਤੇ ਜਾਂ ਮਹੇਸ਼ ਭੱਟ ਜੀ ਦੇ ਉੱਤੇ ਇਹਨਾਂ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਨੇ ਕਈ ਵਾਰੀ ਦੇਖੋ ਠੀਕ ਹੈ ਉਹਦੀ ਜਿਹੜੀ ਇਨਕੁਆਇਰੀ ਹੋਣੀ ਚਾਹੀਦੀ ਆ ਪਤਾ ਲੱਗਣਾ ਚਾਹੀਦਾ ਸੁਸ਼ਾਂਤ ਸਿੰਘ ਰਾਜਪੂਤ ਨੂੰ ਖੁਦਕੁਸ਼ੀ ਕਰਨ ਲਈ ਕਿਹਨੇ ਮਜਬੂਰ ਕੀਤਾ ਜਾਂ ਉਹਨਾਂ ਨੇ ਖੁਦਕੁਸ਼ੀ ਕੀਤੀ ਜਾਂ ਕਿਸੇ ਨੇ ਉਹਨਾਂ ਨੂੰ ਕਰਵਾਈ ਜਾਂ ਘਰੀ ਉਹਨਾਂ ਦੀ ਜਿਹੜੀ ਮੌਤ ਉਹਨਾਂ ਦੀ ਹੋਈ ਜਾਂਚ ਹੋਣੀ ਚਾਹੀਦੀ ਆ ਪਰ ਇਸ ਨੂੰ ਇੱਕ ਕਿਸਮ ਦਾ ਦੂਜੇ ਪਾਸੇ ਲਾ ਕੇ ਤੋਰਨਾ ਵੀ ਮੁਸਲਮਾਨ ਐਕਟਰਾਂ ਦੇ ਨਾਲ ਜੋੜਨਾ ਮੁਸਲਮਾਨ ਭਾਈਚਾਰੇ ਦੇ ਨਾਲ ਜੋੜਨਾ ਮਹਾਰਾਸ਼ਟਰ ਦੇ ਵਿੱਚ ਜਿੰਨੀ ਦਬਦਬਾ ਅੱਜ ਕੱਲ ਜਿੰਨਾ ਜਣੀ ਮੁਸਲਿਮ ਐਕਟਰ ਨੇ ਮੁੰਡੇ ਜਿਹੜੇ ਉਹ ਸਭ ਤੋਂ ਜ਼ਿਆਦਾ ਨੇ ਤੇ ਵਧੀਆ ਐਕਟਰ ਨੇ ਖਾਨ ਬੜੇ ਨੇ ਤੇ ਹੁਣ ਇਹਨਾਂ ਚੀਜ਼ਾਂ ਦੇ ਨਾਲ ਜੋੜਨਾ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਵੀ ਇੱਕ ਕਿਸਮ ਦਾ ਜਦੋਂ ਦਾ ਵੀ ਚੱਲਿਆ ਕੰਮ ਇਹ ਵੀ ਹਿੰਦੂ ਤਾਂ ਭਾਰਤ ਹੋਣਾ ਚਾਹੀਦਾ ਭਾਰਤ ਹਿੰਦੂਆਂ ਦਾ ਦੇਸ਼ ਹੈ ਹੁਣ ਸਭ ਕੁਛ ਇਹ ਖਤਮ ਕਰ ਦੇਣਗੇ ਇਹ ਤੁਹਾਡਾ ਜੀ ਜੇ ਤੁਸੀਂ ਬਾਲੀਵੁੱਡ ਦੇ ਇਤਿਹਾਸ ਦੇ ਪਿੱਛੇ ਵੀ ਨਜ਼ਰ ਮਾਰੋਗੇ ਤਾਂ ਤੁਹਾਨੂੰ ਸਮਝ ਆਊਗੀ ਵੀ ਮੁਸਲਿਮ ਜਿਹੜੇ ਮੁੰਡੇ ਕੁੜੀਆਂ ਕਲਾਕਾਰ ਬਹੁਤ ਜ਼ਿਆਦਾ ਸੀ ਪਰ ਉਹਨਾਂ ਚੋਂ ਬਹੁਤਿਆਂ ਨੂੰ ਇਹ ਕੋਈ ਆਇਆ ਨੀ ਤੁਸੀਂ ਸੋਚੋ ਵੀ ਇਹ ਅੱਜ ਹੀ ਹੋਇਆ ਪਹਿਲਾਂ ਵੀ ਹੁੰਦਾ ਰਿਹਾ ਦਲੀਪ ਕੁਮਾਰ ਜਿਹੜੇ ਬੜੇ ਨਾਮੀ ਕਲਾਕਾਰ ਨੇ ਤੇ ਅੱਜ ਕੱਲ ਉਹ ਬਿਰਧ ਅਵਸਥਾ ਚ ਨੇ ਤੇ ਦਲੀਪ ਕੁਮਾਰ ਸਾਰਾ ਵੱਲੋਂ ਇਹ ਜਿਹੜੇ ਉਸ ਵੇਲੇ ਦੇ ਬਹੁਤ ਹੀ ਉੱਚ ਕੋਟੀ ਦੇ ਕਲਾਕਾਰ ਸੀ ਹੁਣ ਸਾਇਰਾਬਾਦ ਦਾ ਨਾਂ ਤਾਂ ਪਤਾ ਲੱਗਦਾ ਵੀ ਉਹ ਮੁਸਲਿਮ ਹੈ ਦਲੀਪ ਕੁਮਾਰ ਦੇ ਨਾਂ ਤੋਂ ਐਂ ਲੱਗਦਾ ਵੀ ਜਿਵੇਂ ਉਹ ਹਿੰਦੂ ਆ ਜਦਕਿ ਦਲੀਪ ਕੁਮਾਰ ਮੁਸਲਿਮ ਸੀ ਉਹਦਾ ਨਾਂ ਜਿਹੜੇ ਉਸ ਵੇਲੇ ਦੇ ਡਾਇਰੈਕਟਰ ਜਾਂ ਫਾਈਨੈਂਸਰ ਹੁੰਦੇ ਸੀਗੇ ਜਿਹੜੇ ਫਿਲਮਾਂ ਦੇ ਉਹਨਾਂ ਨੇ ਕਹਿ ਕੇ ਵੀ ਤੇਰਾ ਇਹ ਨਾਂ ਜੇ ਲਵਾਂਗੇ ਤਾਂ ਤੇਰਾ ਚੱਲਣਾ ਨੀ ਆ ਕੰਮ ਇਸ ਕਰਕੇ ਤੂੰ ਉਹਦਾ ਨਾਂ ਬਦਲਣਾ ਤੇ ਉਹਦਾ ਨਾਂ ਦਲੀਪ ਕੁਮਾਰ ਕਰਤਾ ਇਹ ਕੱਲੇ ਦਲੀਪ ਕੁਮਾਰ ਦਾ ਨੀ ਕੀਤਾ ਹੋਰਾਂ ਦੇ ਵੀ ਬਥੇਰਿਆਂ ਨੇ ਕੀਤੇ ਨੇ ਤੇ ਅੱਜ ਵੀ ਜੇ ਮਤਲਬ ਨਿਸ਼ਾਨਾ ਬਣਾਇਆ ਜਾ ਰਿਹਾ ਆਮਿਰ ਖਾਨ ਨੂੰ ਆਮਿਰ ਖਾਨ ਦੀਆਂ ਫਿਲਮਾਂ ਜੇ ਤੁਸੀਂ ਟਵਾੜਾ ਜੀ ਪਿੱਛੇ ਨਿਗਾਹ ਮਾਰ ਕੇ ਦੇਖੋਗੇ ਤਾਂ ਉਹ ਬੰਦੇ ਨੇ ਬਹੁਤ ਘੱਟ ਗਿਣਤੀ ਦੀਆਂ ਫਿਲਮਾਂ ਦਿੱਤੀਆਂ ਨੇ ਉਹ ਦੋ ਤਿੰਨ ਚਾਰ ਸਾਲ ਚੱਕਰ ਦੀ ਫਿਲਮ ਦਿੰਦਾ ਮਤਲਬ ਮੁਰਗੀ ਜਿਵੇਂ ਅੰਡੇ ਦਿੰਦੀ ਹੈ ਨਾ ਉਵੇਂ ਫਿਲਮਾਂ ਨੀ ਦਿੰਦਾ ਉਹ ਪਰ ਉਹਦੀਆਂ ਫਿਲਮਾਂ ਜਿਹੜੀਆਂ ਹੁੰਦੀਆਂ ਨੇ ਉਹ ਹਮੇਸ਼ਾ ਹੀ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਮੈਸੇਜ ਦਿੰਦੀਆਂ ਨੇ ਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਹੁੰਦੀਆਂ ਨੇ ਤੇ ਉਹਨੇ ਇੱਕ ਪ੍ਰੋਗਰਾਮ ਵੀ ਸ਼ੁਰੂ ਕੀਤਾ ਸੀ ਜਿਹੜਾ ਟੀਵੀ ਚੈਨਲਾਂ ਦੇ ਉੱਤੇ ਬਹੁਤ ਹੀ ਪਾਪੂਲਰ ਹੋ ਗਿਆ ਸੀ ਜਿਵੇਂ ਲੋਕ ਰਮਾਇਣ ਦੇਖਣ ਲਈ ਇਕੱਠ ਕਰਕੇ ਬਹਿ ਜਾਂਦੇ ਸੀ ਨਾ ਟੀਵੀ ਚੈਨਲਾਂ ਦੇ ਮੂਹਰੇ ਇਵੇਂ ਹੀ ਆਮਿਰ ਖਾਨ ਦਾ ਉਹ ਜਿਹੜਾ ਪ੍ਰੋਗਰਾਮ ਸੀ ਉਹਨੂੰ ਦੇਖਣ ਲਈ ਵੀ ਸੜਕਾਂ ਦੇ ਉੱਤੇ ਆਵਾਜਾਈ ਘੱਟ ਜਾਂਦੀ ਸੀ ਉਹਨਾਂ ਚਿਰ ਸੜਕਾਂ ਦੇ ਉੱਤੇ ਆਵਾਜਾਈ ਨਹੀਂ ਸੀ ਚੱਲਦੀ ਸੱਤੇ ਮੇਵ ਜਾਇਤੇ ਸੱਚ ਦੀ ਹਮੇਸ਼ਾ ਜਿੱਤ ਹੋਏਗੀ
ਇਸ ਨਾਂ ਦੇ ਉੱਤੇ ਆਮਿਰ ਖਾਨ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ, ਉਹ ਇੰਨਾ ਪਾਪੂਲਰ ਹੋ ਗਿਆ ਸੀਗਾ ਅਲਟੀਮੇਟਲੀ ਦਬਾਅ ਪੈਣ ਤੋਂ ਬਾਅਦ ਉਹ ਵੀ ਬੰਦ ਕਰਨਾ ਪੈ ਗਿਆ, ਕਿਉਂਕਿ ਉਹਦੇ ਚ ਐਸੇ ਐਸੇ ਮੁੱਦੇ ਬਾਰੇ ਜਿਵੇਂ ਦਵਾਈਆਂ ਦੇ ਰੇਟਾਂ ਦਾ ਮੁੱਦਾ ਹੋਰ ਮੁੱਦੇ ਉਹਦੇ ਇਹੋ ਜਿਹੇ ਬਾਰੇ ਸੀ ਜਿਹਨੇ ਇੱਕ ਵੱਡਾ ਸਵਾਲ ਦੇਸ਼ ਦੇ ਢਾਂਚੇ ਦੇ ਉੱਤੇ ਖੜਾ ਕਰਤਾ ਤੇ ਅਲਟੀਮੇਟਲੀ ਸਰਕਾਰ ਨੇ ਦਬਾਅ ਹੇਠਾ ਕੇ ਉਹ ਪ੍ਰੋਗਰਾਮ ਵੀ ਰੋਕਤਾ ਸੀ। ਤੇ ਇਹ ਹੁਣ ਵੀ ਜੇ ਉਹਦੇ ਮਤਲਬ ਜਦੋਂ ਦੇਸ਼ ਦੇ ਵਿੱਚ ਲੋਕਾਂ ਦੇ ਘਰਾਂ ਦੇ ਅੰਦਰ ਵੜ ਕੇ ਤੁਹਾਡੇ ਪਤੀਲੇ ਦਾ ਢੱਕਣ ਚੱਕ ਕੇ ਇਹ ਦੇਖਿਆ ਜਾਣ ਲੱਗ ਪਿਆ ਵੀ ਤੁਹਾਡੇ ਘਰ ਫਰਿੱਜ ਦਾ ਕੀ ਆ, ਤੇ ਇਸ ਨਾਂ ਦੇ ਉੱਤੇ ਵੀ ਇੱਥੇ ਜਿਹੜਾ ਮੀਟ ਬਣਦਾ ਇਹ ਗਾਂ ਦਾ ਹੋ ਸਕਦਾ ਵਾ, ਇਸ ਸ਼ੱਕ ਦੇ ਵਿੱਚ ਇੱਕ ਟੱਬਰ ਦਾ ਟੱਬਰ ਮਾਰਿਆ ਜਾ ਸਕਦਾ ਵਾ, ਤਾਂ ਉਹਨਾਂ ਦਿਨਾਂ ਦੇ ਵਿੱਚ ਜਾਂ ਸੜਕ ਦੇ ਉੱਤੇ ਤੁਰਿਆ ਜਾਂਦਾ ਕੋਈ ਵੀ ਬੰਦਾ ਉਹਨੂੰ ਮੌਬ ਲਿੰਚਿੰਗ ਕਰਕੇ ਉਹਨੂੰ ਤੁਸੀਂ ਕਤਲ ਕਰਦੇ ਹੋ, ਜਿਹੜੀਆਂ ਇਸ ਤਰ੍ਹਾਂ ਦੀਆਂ ਉੱਪਰੋਂ ਥੋੜੀ ਵਾਪਰੀਆਂ ਘਟਨਾਵਾਂ ਸੀ, ਇਹਨਾਂ ਨੂੰ ਦੇਖ ਕੇ ਆਪਾਂ ਘਰੇ ਆਪਾਂ ਵੀ ਤਾਂ ਕਈ ਵਾਰੀ ਚਰਚਾ ਕਰ ਹੀ ਲੈਂਦੇ ਹਾਂ। ਆਮਿਰ ਖਾਨ ਦੀ ਪਤਨੀ ਨੇ ਇੱਕ ਦਿਨ ਕਿਤੇ ਘਰੇ ਕਹਿਤਾ ਵੀ ਇਸ ਵੇਲੇ ਡਰ ਲੱਗਦਾ ਦੇਸ਼ ਦੇ ਵਿੱਚ ਇਹੋ ਜਿਹੇ ਹਾਲਾਤ ਨੇ, ਉਹਨੂੰ ਕੱਲੀ ਨੂੰ ਕੀ ਡਰ ਸਾਰੀ ਦੁਨੀਆਂ ਨੂੰ ਲੱਗਦਾ ਸੀ, ਸਾਨੂੰ ਵੀ ਲੱਗਦਾ ਸੀ, ਈਵਨ ਜਿਹੜੇ ਸਰਦਾਰ ਸੀ ਸਾਡੇ ਉਹ ਕਿਉਂਕਿ ਉਹ ਵੀ ਦਾੜੀ ਰੱਖਦੇ ਨੇ, ਹੁਣ ਤੁਹਾਨੂੰ ਪਤਾ ਇੱਧਰ ਅਮਰੀਕਾ ਦੇ ਵਿੱਚ ਕਈ ਵਾਰੀ ਸਰਦਾਰਾਂ ਨੂੰ ਮੁਸਲਮਾਨ ਸਮਝ ਕੇ ਵੀ ਉਹਨਾਂ ਦੇ ਨਾਲ ਨਫ਼ਰਤੀ ਵਤੀਰਾ ਜਿਹੜਾ ਉਹ ਸੜਕਾਂ ਦੇ ਉੱਤੇ ਆਪਾਂ ਨੂੰ ਦੇਖਣ ਨੂੰ ਮਿਲਦਾ, ਉਹਨਾਂ ਦੀ ਪੱਗ ਦੇਖ ਕੇ ਜਾਂ ਉਹਨਾਂ ਦੇ ਦਾੜੀ ਦੇਖ ਕੇ ਉਹਨਾਂ ਨੂੰ ਮੁਸਲਮਾਨ ਮੰਨ ਲਿਆ ਜਾਂਦਾ। ਸੋ ਇਸ ਵੇਲੇ ਘਟਨਾਵਾਂ ਵਾਪਰਦੀਆਂ ਨੇ, ਉਹਨੇ ਕਿਤੇ ਇੰਟਰਵਿਊ ਦੇ ਵਿੱਚ ਇਹ ਗੱਲ ਕਹਿਤੀ ਆਮਿਰ ਖਾਨ ਨੇ ਵੀ ਜਿਹੜੀ ਮੇਰੀ ਪਤਨੀ ਆ ਕਿਰਨ ਖਾਨ ਉਹਨੇ ਕਿਤੇ ਵੀ ਘਰੇ ਗੱਲ ਕੀਤੀ ਤੇ ਉਹਨੇ ਕਿਹਾ ਵੀ ਮੈਨੂੰ ਡਰ ਲੱਗਦਾ ਇਸ ਵੇਲੇ ਸਾਨੂੰ, ਤੇ ਉਹ ਅੱਜ ਜੇ ਸਾਡੇ ਕੋਰੋਨਾ ਦੀ ਮਾਰ ਕਰਕੇ ਭਾਰਤ ਦੇ ਵਿੱਚ ਫਿਲਮਾਂ ਦੀ ਪ੍ਰੋਡਕਸ਼ਨ ਬੰਦ ਹੋਈ ਹੋਈ ਆ, ਕੋਈ ਫਿਲਮ ਦੀ ਜਿਹੜੀ ਸ਼ੂਟਿੰਗ ਨਹੀਂ ਹੋ ਰਹੀ, ਤੇ ਉਹਨੇ ਦੇਖਿਆ ਵੀ ਜੇ ਨੇੜੇ ਤੁਰਕੀ ਦੇ ਵਿੱਚ ਜਾ ਕੇ ਸ਼ੂਟਿੰਗ ਕੀਤੀ ਜਾ ਸਕਦੀ ਆ, ਕੀ ਗੱਲ ਉੱਥੇ ਕੋਈ ਗੁਨਾਹ ਹੈ ਜਾਂ ਉੱਥੇ ਕੋਈ ਪਹਿਲੀ ਵਾਰ ਸ਼ੂਟਿੰਗ ਹੋਣੀ ਆ, ਉੱਥੇ ਪਹਿਲਾਂ ਵੀ ਬਥੇਰੀਆਂ ਫਿਲਮਾਂ ਦੀਆਂ ਸ਼ੂਟਿੰਗਾਂ ਹੋਈਆਂ ਨੇ, ਉੱਥੇ ਅਮਿਤਾਭ ਬੱਚਨ ਵਰਗੇ ਵੀ ਤੇ ਹੋਰ ਬਾਕੀ ਜਿਹੜੇ ਵੱਡੇ ਸਾਡੇ ਹੈਗੇ ਨੇ ਉਹਨਾਂ ਨੇ ਵੀ ਕੀਤੀਆਂ ਨੇ ਸ਼ੂਟਿੰਗ, ਤੇ ਉਹਦੇ ਨਾਲ ਕੀ ਫਰਕ ਪੈਂਦਾ। ਤੇ ਜੇ ਉਹ ਉੱਥੇ ਸ਼ੂਟਿੰਗ ਲਈ ਜਗ੍ਹਾ ਦੇਖਣ ਚਲਾ ਗਿਆ ਤੇ ਉਸ ਕਲਾਕਾਰ ਦਾ ਨਾਂ ਬਹੁਤ ਵੱਡਾ, ਤੇ ਜੇ ਉਹਨੂੰ ਚਾਹ ਦਾ ਕੱਪ ਪਿਆਉਣ ਲਈ ਉੱਥੋਂ ਦੇ ਰਾਸ਼ਟਰਪਤੀ ਦੀ ਪਤਨੀ ਨੇ ਉਹਨੂੰ ਆਪਦੇ ਘਰੇ ਸੱਦ ਲਿਆ, ਉਹਨੇ ਬਾਅਦ ਚ ਉਹਦੀਆਂ ਟੀਵੀ ਦੇ ਉੱਤੇ ਆਪਦੇ ਟਵਿੱਟਰ ਦੇ ਉੱਤੇ ਫੋਟੋਆਂ ਸ਼ੇਅਰ ਕਰਤੀਆਂ ਤੇ ਅੱਜ ਸਾਰੇ ਦੇਸ਼ ਦੇ ਵਿੱਚ ਉਹਦੇ ਖਿਲਾਫ਼ ਨਫ਼ਰਤੀ ਮੁਹਿੰਮ ਸ਼ੁਰੂ ਕਰਤੀ। ਇਹ ਇੱਥੇ ਨਿੱਤ ਦਾ ਵਰਤਾਰਾ ਬਣ ਗਿਆ ਅਖਬਾਰਾਂ ਦੀ ਜੀ। ਪਰ ਦੂਜੇ ਪਾਸੇ ਇਹਦੇ ਨਾਲ ਜਿਹੜੀ ਇੱਕ ਅਸਲੀ ਹੋਰ ਗੱਲ ਸਾਹਮਣੇ ਆਈ ਹੈ, ਕਈ ਦਿਨਾਂ ਤੋਂ ਆਪਾਂ ਸਾਂਝੀ ਕਰਨੀ ਚਾਹੁੰਦੇ ਸੀ, ਉਹ ਹੈਗੀ ਬੰਬੇ ਹਾਈ ਕੋਰਟ ਦੀ। ਔਰੰਗਾਬਾਦ ਬੈਂਚ ਨੇ ਇਹ ਮੰਨਿਆ ਕਿ ਕੋਰੋਨਾ ਮਹਾਮਾਰੀ ਦੇ ਨਾਂ ਤੇ ਤਬਲੀਗੀ ਜਮਾਤ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਸੀ। ਇੱਕ ਪਾਸੇ ਤਾਂ ਕੋਰਟ ਇਹ ਗੱਲ ਮੰਨਦੀ ਹੈ, ਦੂਜੇ ਪਾਸੇ ਸਾਡੀ ਜਿਹੜੀਆਂ ਚਾਹੇ ਪੁਲਿਸ ਡਿਪਾਰਟਮੈਂਟ ਹੈ, ਚਾਹੇ ਸਾਡੀ ਸਰਕਾਰ ਹੈ, ਚਾਹੇ ਕੋਈ ਵੀ ਹੈ, ਕੋਰੋਨਾ ਨੂੰ ਠੀਕ ਕਰਨ ਦੀ ਬਜਾਏ, ਕੋਈ ਦਵਾਈ ਲੱਭਣ ਦੀ ਬਜਾਏ, ਉਲਟਾ ਤਬਦੀਲੀਆਂ ਤੇ ਜਾਂ ਕਿਸੇ ਹੋਰ ਦੇ ਉੱਤੇ ਪਾ ਕੇ ਇਸ ਦਾ ਰੁੱਖ ਮੋੜ ਦਿੱਤਾ ਜਾਂਦਾ। ਜੀ ਬਿਲਕੁਲ, ਕੱਲ ਵੀ ਇੱਕ ਲਖਨਊ ਦਾ ਸੀਆ ਮੁਸਲਿਮ ਆਗੂ ਆ ਸੈਯਦ ਕਲਵੇ ਜਵਾਬ, ਉਹਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਅਰਜੀ ਦਿੱਤੀ ਕਿ ਭਾਈ ਜੇ ਜਗਨਨਾਥਪੁਰੀ ਦੇ ਵਿੱਚ ਹਿੰਦੂਆਂ ਨੂੰ ਉੱਥੇ ਉਹ ਜਲੂਸ ਕੱਢਣ ਦੀ ਜਾਂ ਜਿਹੜਾ ਉਹਦੀ ਆਗਿਆ ਦਿੱਤੀ ਜਾ ਸਕਦੀ ਆ, ਤਾਂ ਫਿਰ ਆ ਹੁਣ ਤਾਜ਼ੀਆ ਜਿਹਨੂੰ ਉਹ ਕਹਿੰਦੇ ਆ ਨਾ ਮੁਹਰਮ ਦੇ ਵੇਲੇ ਕੱਢਿਆ ਜਾਂਦਾ, ਉਹ ਕਹਿੰਦਾ ਵੀ ਫਿਰ ਸਾਨੂੰ ਵੀ ਆਗਿਆ ਦੇ ਦਿਓ। ਪਰ ਸੁਪਰੀਮ ਕੋਰਟ ਨੇ ਇਹ ਕਹਿ ਕੇ ਨਾ ਕਰਤੀ ਵੀ ਨਹੀਂ, ਔਰ ਨਾ ਕਰਨ ਵਾਲੇ ਦੇਸ਼ ਦੇ ਵੱਡੇ ਚੀਫ ਜਸਟਿਸ ਏ ਐਸ ਏ ਬੋਬੜੇ, ਏ ਐਸ ਬੋਪੰਨਾ ਤੇ ਬੀ ਰਾਮਾ ਸੁਬਰਾਮਣੀਅਨ, ਇਸ ਤਿੰਨ ਜੱਜਾਂ ਦੇ ਬੈਂਚ ਨੇ ਕੱਲ ਇਹ ਕਹਿਤਾ ਵੀ ਇਸ ਤਰ੍ਹਾਂ ਦਾ ਦੇਸ਼ ਅਸੀਂ ਜਾਰੀ ਨਹੀਂ ਕਰ ਸਕਦੇ, ਕਿਉਂਕਿ ਜੇ ਇਹ ਗੱਲ ਹੋਈ ਤਾਂ ਇਹਦੇ ਨਾਲ ਦੇਸ਼ ਦੇ ਇੱਕ ਖਾਸ ਤਰੀਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਬਹਾਨਾ ਬਣ ਜੂਗਾ। ਜਿਵੇਂ ਪਹਿਲਾਂ ਜਿਵੇਂ ਤੁਸੀਂ ਗੱਲ ਕਰ ਕਹਿ ਰਹੇ ਹੋ ਵੀ ਤਬਲੀਗੀ ਦੇ ਨਾਂ ਹੇਠ ਕਿਵੇਂ ਮੁਸਲਮਾਨ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ, ਤੇ ਅੱਜ ਬੰਬੇ ਹਾਈਕੋਰਟ ਦਾ ਜਿਹੜਾ ਔਰੰਗਾਬਾਦ ਬੈਂਚ ਹੈ ਉਹਨਾਂ ਨੇ, ਕਿਉਂਕਿ ਜਿਹੜੀ ਮਹਾਰਾਸ਼ਟਰ ਦੀ ਹਾਈਕੋਰਟ ਆ ਨਾ ਕਰਵਾਉਣਾ ਜੀ, ਉਹਦੇ ਇੱਕ ਨਹੀਂ ਦੋ ਤਿੰਨ ਬੈਂਚ ਨੇ, ਔਰੰਗਾਬਾਦ ਦੇ ਵਿੱਚ ਵੀ ਆ ਤੇ ਨਾਗਪੁਰ ਦੇ ਵਿੱਚ ਵੀ ਆ ਤੇ ਬੰਬੇ ਦੇ ਵਿੱਚ, ਮੁੱਖ ਹਾਈਕੋਰਟ ਜਿਹੜੀ ਉਹ ਬੰਬੇ ਦੇ ਵਿੱਚ ਆ, ਲੇਕਿਨ ਔਰੰਗਾਬਾਦ ਦੇ ਵਿੱਚ ਵੀ ਇੱਕ ਬੈਂਚ ਬੈਠਦਾ ਤੇ ਨਾਗਪੁਰ ਦੇ ਵਿੱਚ ਵੀ ਇੱਕ ਬੈਂਚ ਬੈਠਦਾ। ਜਿਹੜਾ ਔਰੰਗਾਬਾਦ ਬੈਂਚ ਹੈ ਉਹਨੇ ਇਹ ਗੱਲ ਮੰਨੀ ਬਈ ਕੋਰੋਨਾ ਮਹਾਮਾਰੀ ਦੇ ਨਾਂ ਤੇ ਤਬਲੀਗੀ ਜਮਾਤ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਸੀ, ਤੇ ਇਸ ਸਾਲ ਦੇ ਮਾਰਚ ਚ ਤਵਾੜਾ ਜੀ ਜਦੋਂ ਤਬਲੀਗੀ ਜਮਾਤ ਦੇ ਇੱਕ ਸਮਾਗਮ ਚ ਸ਼ਾਮਲ ਹੋਏ ਵਿਦੇਸ਼ੀ ਨਾਗਰਿਕਾਂ ਨਾਲ ਜਿਸ ਕਿਸਮ ਦਾ ਦੁਰਵਿਹਾਰ ਕੀਤਾ ਗਿਆ ਸੀ, ਜਿਵੇਂ ਉਹਨਾਂ ਨੂੰ ਕੋਰੋਨਾ ਫੈਲਾਉਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ, ਉਹ ਅਦਾਲਤ ਨੇ ਕਿਹਾ ਬਹੁਤ ਮੰਦਭਾਗਾ ਸੀ।
हाई कोर्ट के जज श्री टी वी नलामड़े और जज श्री एम जी सेवलीकर ने 29 विदेशी नागरिकों खिलाफ जिहड़ा केस दर्ज किया सरकार ने वो खारिज करता। अच्छा। और नाल सख्त टिप्पणियां भी कीतिया ने उन्होंने कहा महाराष्ट्र की पुलिस ने मकैनिकल ढंग नाल जिहड़ा ये अप्रोच रखी है ते एक खास फरके नफरत का पात्र बनाने की कोई कसर बाकी नहीं छी। उन्होंने कहा भी वीजा संस्था ने लगे का जो मामला दर्ज किया उन्होंने खिलाफ उन्होंने कहा भी जी एपीडेमिक एक्ट के तहत भी उन्होंने खिलाफ भारतीय दंडावली जो आईपीसी कहने वो तहत भी कई तरह लड़ाइया थी। अदालत ने यह सारा कुछ कहा उन्होंने कहा भी जो दिल्ली से समागम होया उदो कोरोना की अजे शुरुआत हुई थी उदो सरकार कोरोना लई कोई बलि का बकरा लभ रही थी ताकि किसी ना किसी दोषी साबित करके वो अपना पल्ला बचा लैन तो कहते फिर उन्होंने आ विदेशी हालांकि वो तो पीड़ित सी बेचारे अदालत ने कहा भी वह तो खुद पीड़ित सी उन्होंने तो सहायता की लोड़ थी इन्होंने चक चक के उन्होंने उल्टा जिला दिता दिता वो कहते 50 साल तो वो जी तबलीगी मरकज है वो कम करती आ रही है तो हम तो किसी कोई तकलीफ नहीं हुई तो हम उन्होंने खिलाफ जिस ढंग का कूड़ प्रचार किया गया उन्हें अदालत ने कई सवाल उठाए ने थोड़ा जी और उन्होंने कहा भी जिस दिन सरकार ने वो पाबंदियां ऐलानिया ने यह समागम तो उदू पहला तो उत्थे चल रहा है इस करके इन पाबंदियों का उन्होंने उत्ते किवें मन लिया जाए भी उन्होंने पाबंदियों की उलंघना की है तो पुलिस को कोई जवाब नहीं सी थोड़ा जी तो उन्होंने इतों तक भी कहा उधर सब होर दस दिया कल्ली उतों की अदालत ने नहीं दिल्ली के जी साकेत की जिला अदालत है उन्हें भी 8 विदेशी नागरिक जोड़े से वो तबलीगी जमात संबंधित से कोई सबूत पेश न करके सरकार की बुरी तरह नाकामी साबित हुई है और उन्होंने सारे बरी करता। इन्होंने दो इंडोनेशिया के एक किर्गिस्तान का एक नाइजेरिया का एक कजाकिस्तान का दो थाईलैंड के एक जॉर्डन का सी मैं थोड़ी जानकारी लिए भी दस दिया कि दिल्ली की पुलिस ने 955 विदेशियों विरुद्ध केस दर्ज किया इन्हों बहुत ने तो अदालतों च पटीशन पाने तो बाद अपने आप को फारग करके वो तो विदेशों में चले गए पर जे 44 बंदे से विदेशी नागरिक तुम्हारा जी वो डट गए जिमें प्रशांत भूषण ने कहा तो मैं तो कोई माफी नहीं मंगू मैं तो डटिया हुआ वा वो भी डट गए वो जब डट गए उन्होंने कहा भी कोई गल नहीं असी केसा का सामना करा असी जेल च भी जावे वो जेल च भी गए उन्होंने अदालती कार्रवाई का सामना किया 36 पहला मरी हो गए थे अजे बाकी रेम घट से वह जी परसों मरी हो गए तो सरकार के कोले कोई जवाब नहीं और जिस जिहड़ी टीवी चैनल साढ़े जिन्होंने लगातार जहर उकली है जिम्मे हम सुदर्शन वाला सुरेश जरा वो कर रहा चौहान के जिमें उन्हें अग उकली है इवें तुम्हारा जी हम की सरकार या इतों का जोड़ा रेगुलेटरी अथॉरिटी है जी टीवी चैनल को रेगुलेट करती है कि उन्होंने टीवी चैनलों के खिलाफ कार्रवाई हम करूगी जिड़े कोरोना के फैलाव ही सिर्फ तो सिर्फ तबलीके जुम्मर दस रहे थे उन्होंने वे दुनिया के अतवादी उन्होंने जहादी तक कहा केंद्र कोरोना जहाज जहाज आ अगे जहाज करके साडे देश में तबाह करना चाहते हैं तो इस तरह दलों बोलने वाले टीवी चैनलों के खिलाफ हम कोई कार्रवाई करने बारे सोचूगा एक वड्डा सवाल है तुम्हारा जी। ਇਹਦੇ ਨਾਲ ਇੱਕ ਜਿਹੜੀ ਅਗਲੀ ਗੱਲ ਇੱਕ ਹੋਰ ਵੀ ਹੈ ਉਹ ਹੈਗੀ ਹੈ ਜਿਹੜੀ ਮੁਹਰਮ ਦੇ ਮੌਕੇ ਸਾਰੇ ਦੇਸ਼ ਲਈ ਜਲੂਸ ਕੱਢਣ ਦੀ ਇਜਾਜ਼ਤ ਦੇਣ ਲਈ ਕੋਈ ਵਿਆਪਕ ਦਿਸ਼ਾ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਸੁਪਰੀਮ ਕੋਰਟ ਨੇ ਜਦੋਂ ਰਾਮ ਮੰਦਰ ਦੀ ਉਸਾਰੀ ਦੀ ਗੱਲ ਸੀ ਉਹਦੇ ਉਦਘਾਟਨ ਦੀ ਗੱਲ ਸੀ ਉਦੋਂ ਕਿੰਨਾ ਇਕੱਠ ਹੋਇਆ ਸੀ ਪੁਜਾਰੀਆਂ ਨੂੰ 16 ਪੁਜਾਰੀਆਂ ਨੂੰ ਵਿੱਚ ਮੁਖੀ ਨੂੰ ਕੋਰੋਨਾ ਪਾਜ਼ੀਟਿਵ ਸੀ ਹੋਰਾਂ ਬੜਿਆਂ ਨੂੰ ਵੀ ਸੀ ਉਦੋਂ ਕਿਸੇ ਨੇ ਕੋਈ ਨੋਟਿਸ ਨਹੀਂ ਲਿਆ ਆਹ ਹੁਣ ਨਵੀਂ ਗੱਲ ਕਰਤੀ ਬਿਲਕੁਲ ਮੈਂ ਤੁਹਾਨੂੰ ਦੁਬਾਰਾ ਵੀ ਇਹੀ ਗੱਲ ਕਹਿ ਕੇ ਹਟਿਆ ਵੀ ਜੇ ਦੇਸ਼ ਦੇ ਵੱਡੇ ਚੀਫ ਜਸਟਿਸ ਐਸ ਏ ਬੋਬੜੇ ਏ ਐਸ ਬੋਪੰਨਾ ਵੀ ਰਾਮਾ ਸੁਬਰਾਮਨੀਅਮ ਦੇ ਬੈਂਚ ਨੇ ਕੱਲ ਇਸ ਮਾਮਲੇ ਚ ਕੋਈ ਆਦੇਸ਼ ਦੇਣ ਤੋਂ ਨਾ ਕਰਤੀ ਵੀ ਮੁਹਰਮ ਦਾ ਜਲੂਸ ਕੱਢਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਔਰ ਇੱਥੋਂ ਤੱਕ ਕਿਹਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਜਿਹੜਾ ਉਹ ਮੁਸਲਿਮ ਆਗੂ ਸੀ ਸ਼ੀਆ ਸੈਯਦ ਕਲਬੇ ਜਵਾਦ ਉਹਨੂੰ ਕਿਹਾ ਵੀ ਤੂੰ ਜਿਹੜੀ ਇਹ ਅਪੀਲ ਕੀਤੀ ਆ ਇਹਦਾ ਮਤਲਬ ਸਾਰੇ ਦੇਸ਼ ਚ ਜਲੂਸ ਕੱਢਣ ਦੀ ਆਗਿਆ ਦੇ ਦਈਏ
ਤੇ ਜੇ ਸਾਰੇ ਦੇਸ਼ ਜ਼ਰੂਰ ਕੱਢਣ ਦੀ ਆਗਿਆ ਦਿੱਤੀ ਤਾਂ ਫਿਰ ਦੇਸ਼ ਦੇ ਵਿੱਚ ਜਿਹੜਾ ਨਿਆਂ ਪ੍ਰਬੰਧ ਆ ਜਾਂ ਜਿਹੜੀ ਕਾਨੂੰਨ ਵਿਵਸਥਾ ਉਹ ਖਰਾਬ ਹੋ ਜੂਗੀ ਤਾਂ ਫਿਰ ਕੌਣ ਜ਼ਿੰਮੇਵਾਰ ਹੋਊਗਾ ਤੇ ਜੇ ਉੱਥੇ ਕੋਈ ਘਟਨਾ ਵਾਪਰਦੀ ਹੈ ਤਾਂ ਕੌਣ ਜ਼ਿੰਮੇਵਾਰ ਹੋਊਗਾ ਉਹ ਕਹਿੰਦਾ ਵੀ ਜੀ ਜੇ ਪੁਰੀ ਦੇ ਵਿੱਚ ਦਿੱਤੀ ਜਾ ਸਕਦੀ ਆ ਰਾਮ ਮੰਦਿਰ ਵੇਲੇ ਉਦਘਾਟਨ ਵੇਲੇ ਆਗਿਆ ਦਿੱਤੀ ਜਾ ਸਕਦੀ ਆ ਨੀਂਹ ਪੱਥਰ ਰੱਖਣ ਵੇਲੇ ਤਾਂ ਫਿਰ ਮੁਸਲਮਾਨਾਂ ਨੂੰ ਕਿਉਂ ਨਹੀਂ ਦਿੱਤੀ ਜਾਂਦੀ ਉਹ ਕਹਿੰਦੇ ਉਹਦਾ ਪਾਰਟੀਕੁਲਰ ਥਾਂ ਬਾਰੇ ਉਹ ਕਹਿੰਦਾ ਚੰਗਾ ਜੀ ਫਿਰ ਸਾਨੂੰ ਲਖਨਊ ਚ ਦੇ ਦਿਓ ਉਹਨੇ ਜਦੀ ਕਿਹਾ ਉਹ ਕਹਿੰਦਾ ਮੈਂ ਹੁਣ ਹੀ ਆਹ ਪਟੀਸ਼ਨ ਵਾਪਸ ਲੈਂਦਾ ਸਾਨੂੰ ਲਖਨਊ ਚ ਦੇ ਦਿਓ ਅਸੀਂ ਲਖਨਊ ਚ ਕੱਢ ਲਾਂਗੇ ਤਾਂ ਫਿਰ ਉਹ ਇਹ ਗੱਲ ਕਹੀ ਵੀ ਜੇ ਤੂੰ ਲਖਨਊ ਦੇ ਵਿੱਚ ਚਾਹੁੰਦਾ ਨਾ ਤਾਂ ਉਹ ਕਹਿੰਦੇ ਫਿਰ ਤੂੰ ਇਲਾਹਾਬਾਦ ਹਾਈਕੋਰਟ ਚ ਅਰਜੀ ਦੇਗਾ ਤੇ ਉਹਦੀ ਅਸੀਂ ਇੱਥੇ ਨੀ ਸੁਣਵਾਈ ਕਰਨੀ ਲੇਕਿਨ ਜੇ ਪੁਰੀ ਦੇ ਵਿੱਚ ਕੱਢਣਾ ਵਾ ਉੱਥੇ ਜਗਨਨਾਥ ਯਾਤਰਾ ਤਾਂ ਉਹਦੇ ਲਈ ਸੁਪਰੀਮ ਕੋਰਟ ਦਖਲ ਦੇ ਸਕਦੀ ਹੈ ਪਰ ਜੇ ਕਿਸੇ ਹੋਰ ਧਰਮ ਨੇ ਕੋਈ ਆਗਿਆ ਮੰਗਣੀ ਆ ਤਾਂ ਉਹਨੂੰ ਕਹਿੰਦੇ ਪਹਿਲਾਂ ਹਾਈਕੋਰਟ ਚਲ ਜਾ ਉਹਦੀ ਉੱਥੇ ਗੱਲ ਨੀ ਸੁਣੀ ਇਵੇਂ ਜੇ ਜਿਹੜੇ ਪੱਤਰਕਾਰ ਅਰਨਬ ਗੋਸਵਾਮੀ ਵਰਗੇ ਆਪਾਂ ਪਹਿਲਾਂ ਦੋ ਦਿਨ ਪਹਿਲਾਂ ਗੱਲ ਕਰ ਚੁੱਕੇ ਆ ਉਹਨਾਂ ਨੇ ਜੇ ਸੁਪਰੀਮ ਕੋਰਟ ਦਾ ਸਿੱਧਾ ਦਰਵਾਜ਼ਾ ਖੜਕਾਇਆ ਉਹਨਾਂ ਨੂੰ ਤਾਂ ਆਗਿਆ ਉਹਨਾਂ ਨੂੰ ਰਾਹਤ ਵੀ ਦੇਤੀ ਪਰ ਜੇ ਡਾਕਟਰ ਕਪੀਲ ਖਾਨ ਦੀ ਮਾਂ ਜਾਂ ਉਹਦੀ ਪਤਨੀ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਅਪੀਲ ਦਾਇਰ ਕਰਦੀ ਆ ਤੇ ਉਹਨਾਂ ਨੂੰ ਫਿਰ ਸੁਪਰੀਮ ਕੋਰਟ ਕਹਿੰਦੀ ਆ ਵੀ ਨਹੀਂ ਅਸੀਂ ਤੁਹਾਡੀ ਸੁਣਵਾਈ ਨਹੀਂ ਕਰ ਸਕਦੇ ਤੁਸੀਂ ਇਲਾਹਾਬਾਦ ਹਾਈਕੋਰਟ ਜਾਓ ਇਹ ਜਿਹੜੇ ਦੋਹਰੇ ਮਾਪਦੰਡ ਨੇ ਸਾਡੇ ਦੇਸ਼ ਦੇ ਵਿੱਚ ਇਹਨੇ ਸਾਡੇ ਦੇਸ਼ ਦੀ ਕਾਨੂੰਨ ਵਿਵਸਥਾ ਦੇ ਉੱਤੇ ਇੱਥੋਂ ਦੇ ਨਿਆਂ ਪ੍ਰਬੰਧ ਦੇ ਉੱਤੇ ਵੱਡੇ ਸਵਾਲ ਸਵਾਲਾਂ ਦੀ ਖੜੇ ਕੀਤੇ ਨੇ ਤੇ ਆ ਕੱਲ ਜਿਹੜਾ ਆਹ ਉਹ ਜਿਹੜਾ ਲਵ ਜਹਾਜ਼ ਤੋਂ ਬਾਅਦ ਹੁਣ ਅਫਸਰਸ਼ਾਹੀ ਦਾ ਜਹਾਜ਼ ਇਹ ਕਿਹੋ ਜਿਹਾ ਮਾਹੌਲ ਦੇਸ਼ ਦੇ ਵਿੱਚ ਸਿਰਜਿਆ ਜਾ ਰਿਹਾ ਇਹ ਸੱਚੀ ਮੁੱਚੀ ਇੱਕ ਖਤਰਨਾਕ ਰੁਝਾਨ ਆ ਜੀ 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 ਗਿੱਲ ਸਾਹਿਬ ਆ ਕੇ ਛੋਟੀ ਜਿਹੀ ਬ੍ਰੇਕ ਲੈ ਲਈਏ ਬ੍ਰੇਕ ਤੋਂ ਮਾਰੋ ਮੁੱਦਾ ਅਗਲਾ ਵੀ ਬੜਾ ਤਕੜਾ ਉਹਦੇ ਤੇ ਗੱਲ ਜ਼ਰੂਰ ਕਰਦੇ ਹਾਂ ਬੱਲਾ 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 ਭਤੀਜ ਆ ਤਾਂ ਤੈਂ ਵੀਰੇ ਕਮਾਲੇ ਕਰਤੀ ਹੈ ਖਾਸੇ ਪੈਸੇ ਲਾ ਤੇ ਲੱਗਦਾ ਘਰ ਤੇ ਓਏ ਹੋਰ ਚਾਚਾ ਲੱਖਾਂ ਡਾਲਰ ਲੱਗ ਗਿਆ ਮੇਰਾ ਤਾਂ ਹੁਣ ਤਾਂ ਤੇਰੀ ਮਿਲਬੌਨ ਚ ਚੜਾਈ ਹੈ ਅੱਛਾ ਪੱਚ ਮੈਨੂੰ ਐ ਦੱਸ ਇਹਦੇ ਵਿੱਚ ਹੁਣ ਕੁਰਸੀਆਂ ਟੇਬਲ ਮੇਜ ਬੈੱਡ ਬੁੱਡ ਕਿੱਥੋਂ ਲਿਆਉਣੇ ਨੇ ਉਹ ਲਿਆਉਣੇ ਕਿੱਥੋਂ ਤਾਂ ਆ ਪਤਾ ਤਾਂ ਹੈ ਤੈਨੂੰ ਜਿੱਥੋਂ ਬੈੱਡ ਮਿਲ ਗਿਆ ਬੈੱਡ ਲੈ ਲਾਂਗੇ ਜਿੱਥੋਂ ਸੋਫਾ ਮਿਲ ਗਿਆ ਸੋਫਾ ਲੈ ਲਾਂਗੇ ਔਰ ਜੁਰ ਫਿੱਚੇ ਮੂੰਹ ਤੇਰੇ ਤੂੰ ਤਾਂ ਸਵਾਦ ਹੀ ਗੱਲ ਤੋਂ ਯਾਰ ਮੈਨੂੰ ਐ ਦੱਸ ਪਤੰਦਰਾ ਵੀ ਬਿਨਾਂ ਗਹਿਣੇ ਤੋਂ ਜਨਾਨੀ ਸੋਹਣੀ ਲੱਗਦੀ ਹੈ ਨਾ ਚਾਚਾ ਫੇਰ ਬਿਨਾਂ ਵਧੀਆ ਫਰਨੀਚਰ ਤੋਂ ਕੋਠੀ ਸੋਹਣੀ ਲੱਗੂ ਆਹ ਤਾਂ ਗੱਲ ਤੇਰੀ ਬਿਲਕੁਲ ਠੀਕ ਆ ਇਸੇ ਕਰਕੇ ਤੂੰ ਚੱਲ ਮੇਰੇ ਨਾਲ D9 ਡਿਜ਼ਾਈਨ ਫਰਨੀਚਰ ਵਾਲਿਆਂ ਦੇ ਗੱਲ ਬਣਾ ਦੇਣਗੇ ਗੱਲ ਆਸਟ੍ਰੇਲੀਆ ਦੇ ਮੈਲਬਰਨ ਵਾਸੀਆਂ ਲਈ ਖੁਸ਼ਖਬਰੀ D9 ਡਿਜ਼ਾਈਨ ਫਰਨੀਚਰ ਸ਼ੋਰੂਮ ਨੰਬਰ 3 ਨੰਬਰ 5 ਕਨੈਕਟ ਡਰਾਈਵ ਟਰਗਨੀਨਾ ਤੇ ਬਿਲਕੁਲ ਡੋਰਟੀ ਰੋਡ ਤੇ ਪਾਲਮਸ ਰੋਡ ਤੇ ਕਾਰਨਰ ਤੇ ਹੈ ਜਦੋਂ ਪਾਲਮਸ ਰੋਡ ਤੋਂ ਜਾਂਦੇ ਹੈ ਡੋਰਟੀ ਰੋਡ ਕ੍ਰਾਸ ਕਰਨ ਤੋਂ ਪਹਿਲਾਂ ਹੀ ਲੈਫਟ ਹੈਂਡ ਸਾਈਡ ਤੇ ਟੂਵਰਡਸ ਰੋਬਿਨਸਨ ਰੋਡ ਹੈ ਜੀ ਤੁਹਾਡਾ ਆਪਣਾ D9 ਡਿਜ਼ਾਈਨ ਫਰਨੀਚਰ ਆਪਣੇ ਘਰ ਵਿੱਚ ਸਟਾਈਲਿਸ਼ ਫਰਨੀਚਰ ਨਾਲ ਨਵੀਂ ਜਾਨ ਪਾਉਣ ਲਈ ਇੱਕ ਵਾਰ ਇੱਥੇ ਜ਼ਰੂਰ ਆਓ ਵਧੇਰੇ ਜਾਣਕਾਰੀ ਲਈ ਕਾਲ 0393948123 0393941823 D9 ਡਿਜ਼ਾਈਨ ਫਰਨੀਚਰ ਗਿੱਲ ਸਾਹਿਬ ਕਈ ਦਿਨਾਂ ਤੋਂ ਇੱਕ ਗੱਲ ਵੱਡੀ ਵੱਡੀ ਪੱਧਰ ਤੇ ਘੁੰਮ ਰਹੀ ਆ ਉਹ ਹੈਗੀ ਹੈ ਲਾਪਤਾ ਹੋਏ ਪਾਵਨ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਮੇਰਾ ਖਿਆਲ ਪਟਿਆਲੇ ਦੇ ਨੇੜੇ ਕਲਿਆਣ ਪਿੰਡ ਦੇ ਇੱਕ ਗੁਰਦੁਆਰੇ ਦੇ ਵਿੱਚੋਂ ਲਾਪਤਾ ਹੋਏ ਸੀ ਪਹਿਲੀ ਗੱਲ ਤਾਂ ਇਹ ਦੇਖਣੀ ਚਾਹੀਦੀ ਉਹ ਗੁਰਦੁਆਰੇ ਚ ਗਏ ਕਿਵੇਂ 200 ਤੋਂ ਉੱਤੇ ਸਰੂਪ ਹੁਣ ਦੇਖਣ ਵਾਲੀ ਇਹ ਗੱਲ ਹੈ SGPC ਦੀ ਅੰਤਰਿਮ ਕਮੇਟੀ ਨੇ ਇੱਕ ਨਵਾਂ ਫੈਸਲਾ ਲਿਆ ਉਹ ਕੀ ਫੈਸਲਾ ਕੀਤਾ ਉਹਨਾਂ ਨੇ ਅੱਜ ਪਹਿਲਾਂ ਜੀ ਪਹਿਲਾਂ ਤਾਂ ਉਹ ਸੋਧ ਕਰੋ ਜਿਹੜੀ ਉਹ ਪਟਿਆਲੇ ਲਾਗੇ ਗੁਰਦੁਆਰਾ ਵਾ ਉਹਦੇ ਚ 260 ਸਰੂਪਾਂ ਦਾ ਮਾਮਲਾ ਨਹੀਂ ਹੈ 260 ਸਰੂਪ ਦਾ ਸ੍ਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਮ੍ਰਿਤਸਰ ਦੇ ਵਿੱਚ ਪ੍ਰਿੰਟਿੰਗ ਪ੍ਰੈਸ ਚੱਲਦੀ ਆ ਜਿਹੜੀ ਉਹ ਜਿਹੜੇ ਸੀ ਉਹ ਗੁਰਦੁਆਰੇ ਵਾਲੇ ਕੀ ਸੀ ਉਹ ਵੀ ਤਾਂ ਉੱਥੋਂ ਵੀ ਤਾਂ ਉਹ ਇੱਕ ਛੋਟਾ ਸਰੂਪ ਸੀ ਜਿਹੜਾ ਯਾਤਰਾ ਸਮੇਂ ਲਿਜਾਣ ਲਈ ਉਹਦਾ ਸਾਈਜ਼ ਦੇ ਵਿੱਚ ਛੋਟਾ ਸੀ ਤੇ ਪੁਰਾਤਨ ਸਰੂਪ ਸੀ ਉਹ ਬਹੁਤ ਜ਼ਿਆਦਾ ਪੁਰਾਤਨ ਬਹੁਤ ਪੁਰਾਣਾ ਸੀ ਗੁਰੂ ਘਰ ਦੇ ਵਿੱਚ ਮੌਜੂਦ ਸੀ ਉਹਦੀ ਉਹ ਉੱਥੇ ਗੁਰੂ ਘਰ ਦੇ ਵਿੱਚ ਮੌਜੂਦ ਸੀ ਉਹ ਵੀ ਗਾਇਬ ਹੋਇਆ ਤੇ ਅੰਤਰਿਮ ਕਮੇਟੀ ਕੀ ਕਹਿੰਦੀ ਆ 260 ਅੰਤਰਿਮ ਕਮੇਟੀ ਦਾ ਅੱਜ ਫੈਸਲਾ ਜਿਹੜਾ ਹੈ 260 ਸਰੂਪ ਜਿਹੜੇ ਅੰਮ੍ਰਿਤਸਰ ਦੇ ਵਿੱਚ ਪ੍ਰਿੰਟਿੰਗ ਪ੍ਰੈਸ ਦੇ ਵਿੱਚੋਂ ਜਿਹੜੀ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਟਵਾਣਾ ਜੀ ਅੱਗੇ ਪਹਿਲਾਂ ਤਾਂ ਉਹ ਭਾਈ ਜੀਵਨ ਸਿੰਘ ਛਤਰ ਸਿੰਘ ਸਮੇਤ ਹੋਰ ਅਨੇਕਾਂ ਅਦਾਰੇ ਸੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦਾ ਕੰਮ ਕਰਦੇ ਸੀ ਪਰ ਲਗਾਤਾਰ ਉਹਨਾਂ ਦੇ ਵਿੱਚ ਉਣਤਾਈਆਂ ਕਮੀਆਂ ਦੇ ਮੁੱਦਿਆਂ ਨੂੰ ਲੈ ਕੇ ਵਾਰ ਵਾਰ ਸਵਾਲ ਉੱਠਦੇ ਸੀ ਤੇ ਆਖਿਰ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ ਬਈ ਇਹ ਕਿਸੇ ਨੂੰ ਵੀ ਛਾਪਣ ਦਾ ਅਧਿਕਾਰ ਨਹੀਂ ਹੈਗਾ ਤੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਛਾਪੂਗੀ ਤੇ ਆਪਣੀ ਪ੍ਰਿੰਟਿੰਗ ਪ੍ਰੈਸ ਤੋਂ ਛਾਪੂਗੀ ਤੇ ਹੁਣ ਇਹ ਉੱਥੇ ਹੀ ਛਪਦੇ ਸੀ। ਪੁਰਾਣਾ ਜੀ ਤੁਹਾਨੂੰ ਪਤਾ ਜਦੋਂ ਕੋਈ ਛਪਦੇ ਨੇ ਸਰੂਪ ਜਾਂ ਕੋਈ ਵੀ ਕਿਤਾਬ ਛਪੇ ਕੋਈ ਗ੍ਰੰਥ ਛਪੇ ਤਾਂ ਉਹ ਤਕਨੀਕ ਤੇ ਛਾਪਣ ਦੀ ਉਹੀ ਹੈ ਨਾ ਉਹ ਸਾਰਿਆਂ ਲਈ ਉਸ ਵੇਲੇ ਹੁੰਦੀ ਹੈ ਤੇ ਜਦੋਂ ਉਹ ਛਪਦਾ ਕੱਲਾ ਕੱਲਾ ਪੇਜ ਪੰਨਾ ਛਪਦਾ ਤਾਂ ਉਹਦੇ ਚੋਂ ਕਈ ਵਾਰੀ ਕੁਛ ਪੰਨੇ ਖਰਾਬ ਹੋ ਜਾਂਦੇ ਹੁੰਦੇ ਨੇ ਉਹ ਪਾਸੇ ਕੱਢ ਲਏ ਜਾਂਦੇ ਨੇ ਤੇ ਕਈਆਂ ਦੀ ਪ੍ਰਿੰਟਿੰਗ ਠੀਕ ਨਹੀਂ ਹੁੰਦੀ ਉਹ ਪਾਸੇ ਕੱਢ ਲਏ ਜਾਂਦੇ ਨੇ ਜਿਹੜੇ ਸਭ ਤੋਂ ਬਿਹਤਰੀਨ ਮੰਨੇ ਜਾਂਦੇ ਨੇ ਉਹਨਾਂ ਨੂੰ ਉਹਦੇ ਵਿੱਚ ਸ਼ਾਮਲ ਕਰਕੇ ਜਿਹੜਾ ਗ੍ਰੰਥ ਦਾ ਰੂਪ ਦਿੱਤਾ ਜਾਂਦਾ ਫਿਰ ਉਹਦੇ ਉੱਤੇ ਜਿਲਦ ਚੜਾਈ ਜਾਂਦੀ ਹੈ ਤੇ ਇਹ ਜਿਹੜਾ ਮਾਮਲਾ ਸੀ ਇਹਦੇ ਵਿੱਚ ਜਿਹੜੇ ਉਹ ਕੁਛ ਅੰਗ ਜਾਂ ਉਹਨਾਂ ਨੂੰ ਪੰਨੇ ਕਹੋ ਜਿਹੜੇ ਛਪੇ ਤੇ ਉਹ ਪਾਸੇ ਕੱਢ ਲਏ ਗਏ ਤੇ ਕਈ ਕਈ ਉਹਨਾਂ ਨੂੰ ਜੋੜ ਕੇ ਵੀ ਸਰੂਪ ਤਿਆਰ ਕਰ ਲਏ ਗਏ ਇਹਨਾਂ ਅਧਿਕਾਰੀਆਂ ਦੇ ਕਹਿਣ ਤੇ ਉਹ ਕੁਛ ਖਾਸ ਲੋਕਾਂ ਨੂੰ ਸਪਲਾਈ ਵੀ ਕਰ ਦਿੱਤੇ ਗਏ ਤੇ ਇਹ ਜਿਹੜਾ ਸਵਾਲ ਸੀ ਉੱਥੋਂ ਇੱਕ ਸੇਵਾ ਮੁਕਤ ਹੋਏ ਕਰਮਚਾਰੀ ਨੇ ਇਹ ਭਾਂਡਾ ਭੰਨਤਾ ਖੁੱਲੇ ਆਮ ਵੀ ਉੱਥੇ ਤਾਂ ਆਹ ਕੁਛ ਚੱਲਦਾ ਭਾਈ ਤੇ ਜਦੋਂ ਇਹ ਮਾਮਲਾ ਆਇਆ ਤਾਂ ਇਹਦੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਦੋਂ ਸ਼ਿਕਾਇਤ ਪਹੁੰਚੀ ਤਾਂ ਉਹਨਾਂ ਨੇ ਵਿਦਵਾਨਾਂ ਦੀ ਇੱਕ ਕਮੇਟੀ ਬਣਾਈ ਉਸ ਕਮੇਟੀ ਨੇ ਤੁਹਾਡਾ ਜੀ 1000 ਪੰਨੇ ਦੀ ਜਿਹੜੀ ਰਿਪੋਰਟ ਆਪਣੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੀ ਉਹਦੇ ਉੱਤੇ ਤਿੰਨ ਦਿਨ ਪਹਿਲਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਪੰਜ ਪਿਆਰਿਆਂ ਦੀ ਮੌਜੂਦਗੀ ਦੇ ਵਿੱਚ ਪੰਜ ਜਿਹਦੇ ਚ ਭਾਵੇਂ ਪੰਜੇ ਤਖ਼ਤਾਂ ਦੇ ਸਾਹਿਬਾਨ ਤਾਂ ਮੌਜੂਦ ਨਹੀਂ ਸੀ ਉਹਦੇ ਚ ਮੁੱਖ ਸੇਵਾਦਾਰ ਜਿਹੜੇ ਜਿਵੇਂ ਗ੍ਰੰਥੀ ਸਾਹਿਬ ਜਾਂ ਉਹਨਾਂ ਨੂੰ ਵੀ ਬਿਠਾ ਲਿਆ ਜਾਂਦਾ ਜਾਂ ਜਿਹੜੇ ਪੰਜ ਪਿਆਰਿਆਂ ਦੇ ਵਿੱਚੋਂ ਵੀ ਕਿਸੇ ਨੂੰ ਸ਼ਾਮਲ ਕਰ ਲਿਆ ਜਾਂਦਾ ਤੇ ਉਹ ਜਿਹੜੇ ਪੰਜ ਜਿਹੜੇ ਜਥੇਦਾਰ ਸੀ ਉਹਨਾਂ ਵੱਲੋਂ ਜਿਹੜੀ ਇਹ ਜਿਵੇਂ ਉਹ ਪਹਿਲਾਂ ਢੱਡੀਆਂ ਵਾਲੇ ਬਾਰੇ ਤੇ ਹੋਰ ਕਈ ਹਦਾਇਤਾਂ ਨਿਰਦੇਸ਼ ਜਾਰੀ ਕੀਤੇ ਗਏ ਨੇ ਤੇ ਇਹਦੇ ਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐਕਸ਼ਨ ਲੈਣ ਲਈ ਕਿਹਾ ਗਿਆ ਸੀ ਤੇ ਪਿਛਲੇ 2 ਦਿਨ ਤੋਂ ਇਹ ਸਵਾਲ ਉੱਠ ਰਹੇ ਸੀ ਵੀ ਹੁਣ ਵੱਡੇ ਘਰ ਦਾ ਕੀ ਬਣੂਗਾ ਕਿਉਂਕਿ ਜਿਹੜੇ ਇਹ ਮੁੱਖ ਸਕੱਤਰ ਮੀਤ ਸਕੱਤਰ ਸੁਪਰਵਾਈਜ਼ਰ ਤੇ ਹੋਰ ਜਿਹੜੇ ਇਹੋ ਜਿਹੇ ਅਹੁਦਿਆਂ ਦੇ ਉੱਤੇ ਬਿਠਾਏ ਹੋਏ ਬੰਦੇ ਸੀ ਜਾਂ ਇੱਕ ਜਿਹੜੀ ਪ੍ਰਾਈਵੇਟ ਕੰਪਨੀ ਚਾਰਟਰਡ ਅਕਾਊਂਟੈਂਟ ਕੰਪਨੀ ਜਿਹੜੀ ਸੀ SS ਕੋਹਲੀ ਉਹਨਾਂ ਨੂੰ ਜੇ ਠੇਕੇ ਦਿੱਤੇ ਗਏ ਸੀ ਜਾਂ ਉਹਨਾਂ ਨੂੰ ਇੱਥੇ ਦਖਲ ਦਾ ਅਧਿਕਾਰ ਦਿੱਤਾ ਗਿਆ ਸੀ ਤਾਂ ਉਹ ਵੱਡੇ ਘਰੋਂ ਇਸ਼ਾਰਾ ਮਿਲਣ ਤੋਂ ਬਾਅਦ ਕੀਤਾ ਗਿਆ ਸੀ ਤੁਹਾਡਾ ਜੀ ਤੇ ਸਵਾਲ ਉੱਠਿਆ ਵੀ ਕੀ ਹੁਣ ਇਹਨਾਂ ਦੇ ਖਿਲਾਫ਼ ਕਾਰਵਾਈ ਕਰਨ ਦੀ ਸ਼੍ਰੋਮਣੀ ਕਮੇਟੀ ਦੀ ਹੈਸੀਅਤ ਹੈਗੀ ਆ ਉਹ ਕਰ ਦੂਗੀ ਵੱਡੇ ਘਰ ਨੂੰ ਨਾਲ ਕਰਕੇ ਤਾਂ ਫਿਰ ਇਹ ਜਦੋਂ ਸਵਾਲ ਉੱਠਣੇ ਸ਼ੁਰੂ ਹੋਏ ਟਵਾਣਾ ਜੀ ਤਾਂ ਕੱਲ੍ਹ ਜਿਹੜੀ ਅੰਤਿਮ ਕਮੇਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਨੂੰ ਇੱਕ ਵੱਡਾ ਫੈਸਲਾ ਕਰਨਾ ਪਿਆ ਚਾਹੇ ਉਹ ਮਜਬੂਰੀ ਵਸ ਕੀਤਾ ਪਰ ਕਰ ਦਿੱਤਾ। ਅੰਤਿਮ ਕਮੇਟੀ ਨੇ ਸਾਬਕਾ ਮੁੱਖ ਸਕੱਤਰ ਤੋਂ ਲੈ ਕੇ ਸਕੱਤਰ ਮੀਤ ਸਕੱਤਰ ਸੁਪਰਵਾਈਜ਼ਰ ਸੇਵਾਦਾਰ ਸਮੇਤ 12 ਕਰਮਚਾਰੀਆਂ ਖਿਲਾਫ਼ ਕਾਰਵਾਈ ਕਰਨ ਦਾ ਐਲਾਨ ਕੀਤਾ ਜਿਹਦੇ ਤਹਿਤ 5 ਕਰਮਚਾਰੀਆਂ ਨੂੰ ਤਾਂ ਸੇਵਾਵਾਂ ਤੋਂ ਬਰਖਾਸਤ ਕਰ ਦਿੱਤਾ ਗਿਆ ਭਾਵ ਉਹਨਾਂ ਨੂੰ ਡਿਸਮਿਸ ਕਰ ਦਿੱਤਾ ਗਿਆ ਤੇ 5 ਨੂੰ ਮੁਅੱਤਲ ਸਸਪੈਂਡ ਕਰ ਦਿੱਤਾ ਗਿਆ ਤੇ ਜਿਹੜੀ SS ਕੋਹਲੀ ਚਾਰਟਰਡ ਅਕਾਊਂਟੈਂਟ ਕੰਪਨੀ ਹੈ ਉਹਦੀਆਂ ਸੇਵਾਵਾਂ ਬੰਦ ਕਰਨ ਦਾ ਫੈਸਲਾ ਕੀਤਾ ਤੇ 75% ਵਸੂਲੀ ਲਈ ਕਾਨੂੰਨੀ ਕਾਰਵਾਈ ਕਰਨ ਵਾਸਤੇ ਵੀ ਉਹਨਾਂ ਦੇ ਖਿਲਾਫ਼ ਕਹਿ ਦਿੱਤਾ ਗਿਆ ਤੇ ਜਿਹੜੀ ਇੱਕ ਜਿਲਦ ਸਾਜੀ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਤੋਂ ਬਾਅਦ ਉਹਦੇ ਉੱਤੇ ਜਿਹੜੀ ਬਹੁਤ ਹੀ ਖੂਬਸੂਰਤ ਸ਼ਾਨਦਾਰ ਜਿਲਦ ਸਾਜੀ ਕੀਤੀ ਜਾਂਦੀ ਸੀ ਉਹ ਵੀ ਇੱਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਸੀਗਾ ਉਹ ਵੀ ਠੇਕਾ ਰੱਦ ਕਰ ਦਿੱਤਾ ਗਿਆ। ਜਿਹੜੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਸੀ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਅੰਤਰਿਮ ਕਮੇਟੀ ਦੀ ਮੀਟਿੰਗ ਹੋਈ ਆ ਉਹ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਮੈਡੀਕਲ ਸਾਇੰਸ ਦੇ ਵਿਹੜੇ ਚ ਹੋਈ ਸੀ ਤੇ ਉੱਥੇ ਮੀਟਿੰਗ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਉਹਨਾਂ ਨੇ ਅਕਾਲ ਤਖ਼ਤ ਵੱਲੋਂ ਭੇਜੀ ਜਾਂਚ ਰਿਪੋਰਟ ਤੇ ਕਾਰਵਾਈ ਕਰਦਿਆਂ ਮੁੱਖ ਸਕੱਤਰ ਹਰਚਰਨ ਸਿੰਘ ਨੂੰ ਲਾਪਰਵਾਹੀ ਵਰਤਣ ਦਾ ਦੋਸ਼ੀ ਪਾਇਆ ਗਿਆ ਤੇ ਉਹਨਾਂ ਦੇ ਵੇਲੇ ਚ ਇਹ ਪਾਵਨ ਸਰੂਪ ਜਿਹੜੇ ਸੀ ਇਹ ਰਿਕਾਰਡ ਤੋਂ ਘਟੇ ਸੀ ਤੇ ਉਹਨਾਂ ਨੂੰ ਇਹ ਜਾਣਕਾਰੀ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਾ ਕੀਤੇ ਜਾਣਾ ਇਹ ਮਿਲੀ ਭੁਗਤ ਦਾ ਸੰਕੇਤ ਦਿੰਦਾ ਇਹ ਕੱਲ ਗੱਲ ਲੌਂਗੋਵਾਲ ਸਾਹਿਬ ਨੇ ਕਹੀ ਹੈ ਤੇ ਉਹਨਾਂ ਖਿਲਾਫ਼ ਜਿਹੜਾ ਮੁੱਖ ਸਕੱਤਰ ਹਰਚਰਨ ਸਿੰਘ ਹੈ ਇਹ ਉਹੀ ਤਾਂ ਨੀ ਹੈਗਾ ਜਿਹੜਾ ਕਈ ਅਖਬਾਰਾਂ ਦੇ ਵਿੱਚ ਕਈ ਆਪਣੇ ਵੱਡੇ ਵੱਡੇ ਜਿਹੜੇ ਨੇ ਨਾਮ ਵੀ ਲਿਖਦਾ ਜੀ ਜੀ ਆਪਣੇ ਆਪ ਨੂੰ ਕਾਫੀ ਹੁਸ਼ਿਆਰ ਸਮਝਦਾ ਮੁੱਖ ਸਕੱਤਰ ਰੂਪ ਸਿੰਘ ਹੈ ਜਿਹੜਾ ਜਿਹਨੇ ਅਸਤੀਫਾ ਦਿੱਤਾ
ਹੋਰ ਨਵਾਂ ਸਵਾਲ ਖੜਾ ਹੋਇਆ ਸਵਾਲ ਉਠਾਇਆ ਸਾਬਕਾ ਡਿਪਟੀ ਕਮਿਸ਼ਨਰ ਨਾ ਡਿਪਟੀ ਸਪੀਕਰ ਵੀਰ ਦਵਿੰਦਰ ਸਿੰਘ ਨੇ ਉਹਨਾਂ ਨੇ ਗੱਲ ਕਹੀ ਹੈ ਕਹਿੰਦਾ ਸ਼੍ਰੋਮਣੀ ਕਮੇਟੀ ਦੇ ਆਡਿਟ ਰਿਕਾਰਡ ਦੇ ਸੰਚਾਲਨ ਅਤੇ ਕੰਪਿਊਟਰੀਕਰਨ ਦੇ ਲਈ ਜਿਹੜੀ ਗੱਲ ਤੁਸੀਂ ਕਹੀ ਹੈ ਮੈਸਰਜ਼ ਐਸ ਐਸ ਕੋਹਲੀ ਐਂਡ ਐਸੋਸੀਏਟਸ ਉਹ ਚਾਰਟਰਡ ਅਕਾਊਂਟੈਂਸੀ ਜਿਹੜੀ ਫਰਮ ਹੈ ਇਹਨੂੰ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ ਹੇਠ 15 ਜਨਵਰੀ 2009 ਨੂੰ 3.5 ਲੱਖ ਰੁਪਏ ਪ੍ਰਤੀ ਮਹੀਨੇ ਦਾ ਠੇਕਾ ਦਿੱਤਾ ਗਿਆ ਸੀ ਹੁਣ ਵੀਰ ਦਵਿੰਦਰ ਸਿੰਘ ਇਹ ਗੱਲ ਕਹਿ ਰਹੇ ਹਾਂ ਜੀ ਵੀਰ ਦਵਿੰਦਰ ਸਿੰਘ ਇਹ ਗੱਲ ਕਹਿੰਦੇ ਨੇ ਕਿ ਕੋਹਲੀ ਐਂਡ ਐਸੋਸੀਏਟ ਜਿਹੜੀ ਆ ਉਹ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਹੋਟਲ ਟਰਾਂਸਪੋਰਟ ਤੇ ਹੋਰ ਸਬੰਧਿਤ ਕਾਰੋਬਾਰਾਂ ਦੇ ਆਡਿਟ ਦੀ ਨਿਗਰਾਨੀ ਕਰਦੀ ਹੈ ਨਾਲ ਫਿਰ ਉਹ ਇਹ ਕਹਿੰਦੇ ਨੇ ਕਿ ਐਸ ਜੀ ਪੀ ਸੀ ਨੇ ਪਿਛਲੇ 10 ਸਾਲਾਂ ਦੇ ਵਿਚ ਮੈਸਰਜ਼ ਐਸ ਐਸ ਕੋਹਲੀ ਤੇ ਐਸੋਸੀਏਟਸ ਨੂੰ 10 ਕਰੋੜ ਤੋਂ ਵੱਧ ਦਾ ਭੁਗਤਾਨ ਕਰਿਆ ਹੁਣ ਉਹ ਇਹ ਵੀ ਕਹਿੰਦੇ ਨੇ ਕਿ 2016 ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਕਾਸ਼ਨ ਵਿਭਾਗ ਦੇ ਰਿਕਾਰਡ ਦਾ ਮੂਲ ਆਡਿਟ ਹੀ ਨਹੀਂ ਕਦੇ ਕਰਿਆ ਬਿਨਾਂ ਆਡਿਟ ਕਰੇ ਹਰ ਮਹੀਨੇ 3.5 ਲੱਖ ਰੁਪਇਆ ਕੰਪਨੀ ਖਾ ਜਾਂਦੀ ਹੈ ਕਿਉਂ ਮੈਂ ਸ਼ੁਰੂ ਹੀ ਤੁਹਾਡਾ ਵੀ ਇੱਥੋਂ ਕੀਤਾ ਬਈ ਵੱਡੇ ਘਰ ਦੇ ਉੱਤੇ ਸਵਾਲ ਉੱਠ ਰਹੇ ਨੇ ਇਹ ਜਿਹੜੀ ਕੰਪਨੀ ਆ ਇਹ ਗੱਲ ਵਾਕਈ ਠੀਕ ਆ ਜਿਹੜੀ ਇਹਨਾਂ ਦੀ ਆਰਬਿਟ ਕੰਪਨੀ ਆ ਜਿਹੜੀ ਇਹਨਾਂ ਦੇ ਹੋਟਲਾਂ ਦੀ ਮੈਨੇਜਮੈਂਟ ਕਰਦੀ ਆ ਰੈਡੀਸਨ ਵਗੈਰਾ ਤੇ ਜਿਹੜੇ ਹੋਰ ਇਹਨਾਂ ਦੇ ਹੋਟਲ ਨੇ ਜਾਂ ਜਿਹੜਾ ਹੁਣ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਨਵਾਂ ਹੋਟਲ ਬਣਾਇਆ ਇਹਨਾਂ ਦੇ ਜਿਹੜੇ ਵੱਡੇ ਕਾਰੋਬਾਰ ਨੇ ਬਾਦਲਾਂ ਦੇ ਉਹਨਾਂ ਦੀ ਜਿਹੜੀ ਆਡਿਟ ਕਰਨ ਦੀ ਜ਼ਿੰਮੇਵਾਰੀ ਇਹ ਐਸ ਐਸ ਕੋਹਲੀ ਇਹਨਾਂ ਕੋਲ ਆ ਹੁਣ ਕਰਦੇ ਤਾਂ ਉਹ ਕੰਮ ਇਹਨਾਂ ਦਾ ਪਰ ਉਹਨਾਂ ਨੂੰ ਪੈਸਾ ਜਿਹੜਾ ਮੋਟੀ ਰਕਮ ਹੈ ਉਹ ਗੁਰਦੁਆਰੇ ਦੇ ਗੋਲਕ ਤੋਂ ਦਿੱਤੀ ਜਾਣ ਲੱਗੀ ਸੀ 3.5 ਲੱਖ ਰੁਪਇਆ ਮਹੀਨਾ ਤੇ ਇਹ ਜਿਹੜਾ ਕਰੋੜਾਂ ਰੁਪਇਆ ਉਹਨਾਂ ਨੂੰ ਅਦਾ ਕੀਤਾ ਉਹਦੇ ਚ ਕਿਹਾ ਤਾਂ ਹੈ ਹੁਣ ਦੁਬਾਰਾ ਜੀ ਵੀ ਅਸੀਂ 75% ਵਾਪਸੀ ਕਰਾਵਾਂਗੇ ਪਰ ਵਾਪਸੀ ਕਰੂ ਕੌਣ ਕਿਵੇਂ ਕਰਾਉਂਦੇ ਉਹ ਬੜੇ ਘਰਾਂ ਦੇ ਵਿੱਚ ਚਲੇ ਗਏ ਵਾਪਸ ਨਹੀਂ ਆਏ ਕਦੇ ਉਹ ਖਬਰਾਂ ਕਿੱਥੇ ਗਏ ਹਾਂ ਤੇ ਉਹ ਮੈਂ ਜੇ ਸਮਾਂ ਬਚਿਆ ਤਾਂ ਉਹ ਇੱਕ ਤੁਹਾਨੂੰ ਐਗਜ਼ਾਮਪਲ ਵੀ ਦੱਸੂਗਾ ਪਰ ਹੁਣ ਮੈਂ ਕਿਉਂਕਿ ਇਹਨੂੰ ਚਾਹੁੰਦਾ ਮੈਂ ਵੀ ਇਹ ਜਾਣਕਾਰੀ ਸਾਰੀ ਸਾਡੇ ਦਰਸ਼ਕਾਂ ਤੱਕ ਸਾਡੇ ਸਰੋਤਿਆਂ ਤੱਕ ਪਹੁੰਚੇ ਪਬਲੀਕੇਸ਼ਨ ਵਿਭਾਗ ਦੇ ਮੀਤ ਸਕੱਤਰ ਗੁਰਵਚਨ ਸਿੰਘ ਕਲਰਕ ਬਾਜ ਸਿੰਘ ਹੈਲਪਰ ਸੁਖਬੀਰ ਸਿੰਘ ਨੂੰ ਵੀ ਨੌਕਰੀ ਤੋਂ ਬਰਖਾਸਤ ਕਰਤਾ ਤੇ ਇਹ ਵੀ ਫੈਸਲਾ ਕੀਤਾ ਵੀ ਇਹਨਾਂ ਦੇ ਖਿਲਾਫ਼ ਫੌਜਦਾਰੀ ਮੁਕੱਦਮਾ ਪੁਲਿਸ ਕੋਲੇ ਦਰਜ ਹੋਊਗਾ ਇਹਨਾਂ ਦੇ ਖਿਲਾਫ਼ ਇਸੇ ਤਰ੍ਹਾਂ ਸਹਾਇਕ ਅਕਾਊਂਟੈਂਟ ਸੁਝਾਰ ਸਿੰਘ ਤੇ ਗੋਂਦਾਲ ਦੇ ਅੰਗੀਠਾ ਸਾਹਿਬ ਦੇ ਸੇਵਾਦਾਰ ਅਮਰਜੀਤ ਸਿੰਘ ਦੀਆਂ ਸੇਵਾਵਾਂ ਵੀ ਖਤਮ ਕਰਤੀਆਂ ਕਿਉਂਕਿ ਟਵਾੜਾ ਜੀ ਉੱਥੇ ਇਹ ਸਾਬਤ ਕੀਤਾ ਵੀ ਕੁਛ ਸਰੂਪ ਜਿਹੜੇ ਨੇ ਉਹ ਅਗਲ ਜਿਹੜੇ ਉੱਥੇ ਅੰਗੀਠਾ ਸਾਹਿਬ ਦੇ ਵਿੱਚ ਲਿਜਾ ਕੇ ਉਹਨਾਂ ਦਾ ਅੰਤਮ ਸੰਸਕਾਰ ਕਰ ਪਤਾ ਤਾਂ ਇਹ ਲੱਗਿਆ ਗਿੱਲ ਸਾਹਿਬ ਪਵਨ ਸਰੂਪ 267 ਨਹੀਂ ਸੀ 328 ਸੀ 328 ਸਰੂਪ ਸੀਗੇ ਜੀ ਟਵਾੜਾ ਜੀ 260 ਤਾਂ ਉਹ ਸੀਗੇ ਜਿਹੜੇ ਛਾਪੇ ਬਕਾਇਦਾ ਆਏ ਨੇ ਤੇ ਉਸ ਤੋਂ ਬਿਨਾਂ ਜਿਹੜੇ ਬਾਕੀ ਦੇ ਸੀਗੇ ਨਾ ਉਹ ਤੁਹਾਨੂੰ ਦੱਸਿਆ ਵੀ ਜਿਹੜੇ ਉਹ ਅੰਨੇ ਬਚ ਜਾਂਦੇ ਸੀ ਉਹਨਾਂ ਨੂੰ ਇਕੱਠੇ ਕਰਕੇ ਹੋਰ ਛਾਪ ਨੇ ਮਤਲਬ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਟੋਟਲ 328 ਦਿੱਤਾ ਗਿਆ ਸੀ ਟੋਟਲ 328 ਹੋ ਗਏ ਪਰ 260 ਜਿਹੜੇ ਨੇ ਉਹ ਤਾਂ ਜਿਹੜੇ ਬਕਾਇਦਾ ਰਿਕਾਰਡ ਚ ਛਪੇ ਹੋਏ ਨੇ ਰਿਕਾਰਡ ਦੇ ਵਿੱਚ ਚੜੇ ਹੋਏ ਨੇ ਉਸ ਰਿਕਾਰਡ ਦੇ ਵਿੱਚ ਕੱਟਿਆ ਕੀਤੀਆਂ ਹੋਈਆਂ ਨੇ ਜਿਹੜੀ ਮਹਾਰਾਜ ਦੀ ਕਮੇਟੀ ਸੀ ਉਹਨਾਂ ਨੇ ਇਸ ਗੱਲ ਉੱਤੇ ਸਵਾਲ ਉਠਾਇਆ ਇਹ ਵਾਰ ਵਾਰ ਕਟਿੰਗ ਕੀਤੀਆਂ ਗਈਆਂ ਔਰ ਜਿਹੜੇ ਹੋਰ ਕਈ ਅੰਤਕ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਸੀ ਵੀ ਜਿੱਦੇ ਇਹ ਸ਼ਿਕਾਇਤ ਹੋਈ ਉਸ ਤੋਂ ਬਾਅਦ ਉਹ ਜਿਹੜੀ ਕੈਮਰੇ ਦੀ ਫੁਟੇਜ ਸੀਗੀ ਉਹ ਵੀ ਚੈੱਕ ਕੀਤੀ ਜਾਵੇ ਉਹ ਕੀਤੀ ਹੈ ਕਮੇਟੀ ਨੇ ਚੈੱਕ ਉਹਦੇ ਤੋਂ ਵੀ ਪਤਾ ਲੱਗਿਆ ਵੀ ਕਿਵੇਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਉੱਥੇ ਦਿਨ ਰਾਤ ਅੰਦਰ ਦਾਖਲ ਹੁੰਦੇ ਰਹੇ ਸ਼ਿਕਾਇਤ ਹੋਣ ਦੇ ਬਾਵਜੂਦ ਜਦੋਂ ਕੱਲ੍ਹ ਤਖ਼ਤ ਸਾਹਿਬ ਨੇ ਕਹਿਤਾ ਸੀ ਵੀ ਇਹ ਸਾਰਾ ਕੁਝ ਸੀਲ ਕਰ ਦਿਓ ਇਹਦੇ ਬਾਵਜੂਦ ਉਹ ਰਾਤ ਦੇ ਨੇ ਰਹਿਤ ਜਾ ਕੇ ਰਿਕਾਰਡ ਨੂੰ ਠੀਕ ਕਰਨ ਦੇ ਯਤਨਾਂ ਦੇ ਵਿੱਚ ਉੱਥੇ ਕਟਿੰਗ ਕਰਦੇ ਦੇਖੇ ਗਏ ਉਹ ਸਾਰੀ ਕਟਿੰਗ ਜਿਹੜੀਆਂ ਸੀ ਉਹ ਸਾਹਮਣੇ ਆ ਗਈਆਂ ਨੇ ਤੁਹਾਡਾ ਜੀ ਤੇ ਹੁਣ ਮੀਤ ਸਕੱਤਰ ਸਤਿੰਦਰ ਸਿੰਘ ਵਿੱਤ ਵਿਭਾਗ ਤੇ ਨਿਸ਼ਾਨ ਸਿੰਘ ਮੀਤ ਸਕੱਤਰ ਤੇ ਪਰਮਜੀਤ ਸਿੰਘ ਇੰਚਾਰਜ ਗੁਰਮੁਖ ਸਿੰਘ ਸਹਾਇਕ ਸੁਪਰਵਾਈਜ਼ਰ ਇਹਨਾਂ ਨੂੰ ਵੀ ਫੌਰੀ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਇਹਨਾਂ ਸਾਰਿਆਂ ਖਿਲਾਫ਼ ਵਿਭਾਗੀ ਕਾਰਵਾਈ ਵੀ ਕੀਤੀ ਜਾਊਗੀ ਪਬਲੀਕੇਸ਼ਨ ਵਿਭਾਗ ਨਾਲ ਜੁੜੇ ਜਲਦਸਾਜ਼ੀ ਦੇ ਠੇਕੇਦਾਰ ਕੁਲਵੰਤ ਸਿੰਘ ਤੇ ਜਸਪ੍ਰੀਤ ਸਿੰਘ ਦਾ ਠੇਕਾ ਤੁਰੰਤ ਰੱਦ ਕਰ ਦਿੱਤਾ ਗਿਆ ਤੇ ਭਵਿੱਖ 'ਚ ਇਹਨਾਂ ਨੂੰ ਬਲੈਕਲਿਸਟਡ ਵੀ ਕਰ ਦਿੱਤਾ ਗਿਆ ਤਾਂ ਕਿ ਮੁੜ ਕੇ ਵੀ ਕਦੇ ਇਹ ਇਸ ਪਾਸੇ ਨੂੰ ਨਾ ਆਉਣ ਤੇ ਸਤਿੰਦਰ ਸਿੰਘ ਕੋਹਲੀ ਜਿਹੜੀ ਐਸ ਐਸ ਕੋਹਲੀ ਜਿਹਦੀ ਆਪਾਂ
गल करते हैं उन्होंने सतिंदर सिंह यही है तो ये जिहड़ा सतिंदर सिंह कोहली चार्टर्ड अकाउंटेंट कंपनी है जिहड़ी पिछले एक दहाके तो संस्था के खाते देख रही थी आडिट कर रही थी उहदियां सेवावां तुरंत खत्म करन दा फैसला लिया गया ते उहनां कोलों कानून मुताबक 75% वसूली जिहड़ी आ ਉਹ ਵਾਪਸ ਕਰਾਈ ਜਾਊਗੀ ਇਹਦੇ ਲਈ ਕਾਨੂੰਨੀ ਕਾਰਵਾਈ ਕਰਨ ਵਾਸਤੇ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਇਸੇ ਤਰ੍ਹਾਂ ਸੇਵਾ ਮੁਕਤ ਹੋ ਚੁੱਕੇ ਪਬਲੀਕੇਸ਼ਨ ਵਿਭਾਗ ਦੇ ਸਹਾਇਕ ਸੁਪਰਵਾਈਜ਼ਰ ਕਮਲਜੀਤ ਸਿੰਘ ਨੂੰ ਤੇ ਫੰਡ ਰੋਕਣ ਦਾ ਵੀ ਫੈਸਲਾ ਕਰ ਲਿਆ ਉਹਨਾਂ ਨੂੰ ਪ੍ਰੋਵੀਡੈਂਟ ਫੰਡ ਦੇ ਤੇ ਹੋਰ ਅਦਾਇਗੀਆਂ ਅਜੇ ਕਰਨੀਆਂ ਬਾਕੀ ਸੀ ਤੇ ਫੈਸਲਾ ਕਰ ਲਿਆ ਉਹ ਵੀ ਨਹੀਂ ਦਿੱਤੇ ਜਾਣੇ ਤੇ ਹੁਣ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਆਏ ਸੀ ਅਟਵਾਣਾ ਜੀ ਵੀ ਰਿਕਾਰਡ ਦੇ ਵਿੱਚੋਂ 267 ਰੁਪਇਆ ਘੱਟ ਹੋਣ ਵਾਲੇ ਖੁਲਾਸਾ ਹੋਇਆ ਹੀ ਸੀ ਤੇ ਜਿਹੜੇ ਬਾਕੀ ਦੇ ਮਾਮਲੇ ਸੀ ਉਹਨਾਂ ਸਾਰੇ ਮਾਮਲਿਆਂ ਦੇ ਵਿੱਚ ਕਾਨੂੰਨੀ ਕਾਰਵਾਈ ਵਾਸਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਹੁਣ ਇੱਕ ਕਮੇਟੀ ਜਿਹੜੀ ਹੈ ਬਣਾ ਦਿੱਤੀ ਗਈ ਹੈ ਇਹ ਅਗਲੀ ਕਾਰਵਾਈ ਉਹਦੇ ਨਾਲ ਕਰੂਗੀ ਤੇ ਜਿਹੜੀ ਸਿੱਖਾਂ ਦੀ ਇਹ ਸਭ ਤੋਂ ਅਹਿਮ ਸੰਸਥਾ ਇਹਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਕਾਰੇ ਪਿਛਲੇ ਸਮੇਂ ਚ ਹੋਏ ਨੇ ਤੁਹਾਡਾ ਜੀ ਇਹਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਤੇ ਹੁਣ ਆ ਜਿਹੜੀ 1000 ਪੰਨੇ ਦੀ ਕਮੇਟੀ ਵੱਲੋਂ ਮਾਹਰਾਂ ਵੱਲੋਂ ਆਈ ਰਿਪੋਰਟ ਸੀ ਉਹਦੇ ਚ ਇਹ ਜਿਹੜੇ ਦੋਸ਼ੀ ਪਾਏ ਗਏ ਸੀ ਉਹਦੇ ਬਾਰੇ ਜਿਹੜਾ ਮਤਲਬ ਇੱਕ ਤੁਹਾਨੂੰ ਦੱਸਦਿਆ ਵੀ ਜਾਂਚ ਰਿਪੋਰਟ ਦੇ ਵਿੱਚ ਇਹ ਗੱਲ ਵੀ ਲਿਖੀ ਹੋਈ ਆ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਭਵਨ ਚ ਜਿਹਨੂੰ ਗੁਰੂ ਗ੍ਰੰਥ ਸਾਹਿਬ ਭਵਨ ਕਹਿੰਦੇ ਨੇ ਉਹਦੇ ਚ ਅੱਗ ਲੱਗੀ ਸੀ ਤੇ ਉਹਦੇ ਚ ਪਛਤਾਪ ਨਾ ਕਰਨ ਦੇ ਮਾਮਲੇ ਚ ਵੀ ਅੰਤਰਿੰਗ ਕਮੇਟੀ ਦੇ ਉੱਤੇ ਵੀ ਉਂਗਲ ਉੱਠੀ ਆ ਵੀ ਅੰਤਰਿੰਗ ਕਮੇਟੀ ਕਰਦੀ ਸੀ ਹਾਂ ਇਹ ਉਹ ਕੀ ਕਰਦੇ ਸੀ ਤੇ ਇਹ ਸਾਰਾ ਜਿਹੜਾ ਮਾਮਲਾ ਵਾ 328 ਸਰੂਪ ਜਿਹੜੇ 186 ਸਰੂਪ ਜਿਹੜੇ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ 267 ਕੌਣ ਸੀ ਜਿਹੜੇ ਰਿਕਾਰਡ ਚੋਂ ਗਿਆ ਨੇ 186 ਸਰੂਪ ਉਹ ਸੀ ਜਿਹੜੇ ਮਤਲਬ ਵਾਧੂ ਪੰਨੇ ਛਪ ਜਾਂਦੇ ਨੇ ਉਹਦੇ ਨਾਲ ਤਿਆਰ ਕਰਨੇ ਗਏ ਹੁਣ ਸਵਾਲ ਇਹ ਉੱਠ ਖੜਿਆ ਵੀ ਸਿੱਖਾਂ ਦੀ ਸਭ ਤੋਂ ਸਿਰਮੌਰ ਜਿਹਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਤੱਕ ਦਾ ਦਰਜਾ ਵੀ ਦਿੱਤਾ ਗਿਆ ਔਰ ਸਾਰੇ ਦੇਸ਼ ਦੁਨੀਆਂ ਦੇ ਵਿੱਚ ਜਿਹੜੇ ਗੁਰਦੁਆਰਾ ਪ੍ਰਬੰਧਾਂ ਦੇ ਉੱਤੇ ਨਿਗਰਾਨੀ ਰੱਖਣ ਦੀ ਉਹਦੀ ਸਾਂਭ ਸੰਭਾਲ ਦੀ ਮੁੱਖ ਜ਼ਿੰਮੇਵਾਰੀ ਇਹਨਾਂ ਦੀ ਆ ਤੇ ਜੇ ਉੱਥੇ ਏਡੀਆਂ ਵੱਡੀਆਂ ਕੁਤਾਹੀਆਂ ਤਵਾੜਾ ਜੀ ਹੋਣਗੀਆਂ ਤਾਂ ਤੁਸੀਂ ਫਿਰ ਜੇ ਮੇਰੇ ਪਿੰਡ ਦੇ ਗੁਰਦੁਆਰੇ ਦੇ ਵਿੱਚ ਕੋਈ ਛੋਟੀ ਮੋਟੀ ਗੱਲ ਹੁੰਦੀ ਆ ਤਾਂ ਉਹਦੇ ਤੇ ਫਿਰ ਕਿਹਨੇ ਉਂਗਲ ਉਠਾਉਣੀ ਜੇ ਏਡੀ ਵੱਡੀ ਸੰਸਥਾ ਜਿਹੜੀ ਆ ਜਿਹਦਾ ਅਰਬਾਂ ਰੁਪਏ ਦਾ ਤਵਾੜਾ ਜੀ ਸਾਲਾਨਾ ਬਜਟ ਹੈ ਅਰਬਾਂ ਰੁਪਏ ਦਾ ਤੇ ਜੇ ਕਈ ਵਾਰੀ ਤਾਂ ਜਿੱਡਾ ਕੁ ਬਜਟ ਸਰਕਾਰ ਦਾ ਹੁੰਦਾ ਉਦਾਂ ਕੀ ਬਜਟ ਗੁਰਦੁਆਰਾ ਕਮੇਟੀ ਦਾ ਹੁੰਦਾ ਤੇ ਇੱਡੇ ਇੱਡੇ ਇੰਨੇ ਮੁਲਾਜ਼ਮ ਇੰਨੇ ਮੈਨੇਜਰ ਇੰਨੇ ਡਿਪਟੀ ਮੈਨੇਜਰ ਇੰਨੇ ਸੈਕਟਰੀ ਤੇ ਇੰਨਾ ਸਭ ਕੁਛ ਉੱਥੇ ਅਮਲਾ ਫੈਲਾ ਹੋਵੇ ਤੇ ਉੱਥੇ ਵੀ ਆਹ ਕੁਛ ਵਾਪਰ ਜਾਵੇ ਫਿਰ ਤਾਂ ਮਤਲਬ ਕਿਸਮ ਦਾ ਬਿਲਕੁਲ ਸ਼ਰਮਿੰਦਗੀ ਨਾਲ ਸਿਰ ਨੀਵਾ ਕਰਨ ਵਾਲੀ ਗੱਲ ਹੈ ਟਵਾੜਾ ਜੀ ਹੁਣ ਸਮਾਂ ਆਗਿਆ ਨਹੀਂ ਦਿੰਦਾ ਮੇਰਾ ਮਨ ਭਰਿਆ ਪਿਆ ਸੀ ਗੱਲਾਂ ਹੋਰ ਬਹੁਤ ਕਹਿਣੀਆਂ ਚਾਹੁੰਦਾ ਸੀ ਮੈਂ ਪਰ ਮੈਨੂੰ ਲੱਗਦਾ ਹੁਣ ਘੜੀ ਨੀ ਮੈਨੂੰ ਕਹਿਣ ਦੇਊਗੀ ਆਪਾਂ ਨੂੰ ਪਿੱਛੇ ਮੁੜਨਾ ਪੈਣਾ ਇੰਨਾ ਗੁੱਸਾ ਨਾ ਕਰਿਆ ਕਰੋ ਉਹ ਜਿਹੜੇ ਸੁਦਰਸ਼ਨ ਦੇ ਮੰਗੋ ਚੰਗਾ ਨੀ ਹੁੰਦਾ ਗੁੱਸਾ ਵੈਸੇ ਵੀ ਲੈਣੇ ਹਜਾਸਤ ਗਿੱਲ ਸਾਹਿਬ ਫੇਰ ਮਿਲਦੇ ਜੀ ਅਗਲੇ ਹਫਤੇ ਹੁਣ ਠੀਕ ਆ ਜੀ ਛੁੱਟੀਆਂ ਤੋਂ ਬਾਅਦ ਮੈਂ ਫੇਰ ਆਊਂਗਾ ਸਤਿਕਾਲ ਸਤਿਕਾਲ ਸੋ ਦੋਸਤੋ ਇਹ ਸੀ ਸਰਦਾਰ ਸੰਤੋਖ ਸਿੰਘ ਜੀ ਗਿੱਲ ਸਾਡੇ ਨਾਲ ਜੁੜੇ ਸੀ ਅਗਲਾ ਪ੍ਰੋਗਰਾਮ ਲੈ ਕੇ ਖਬਰਾਂ ਦੀ ਦੁਨੀਆਂ ਦੇ ਵਿਚ ਖਬਰ ਸਾਰ ਕਰਨਗੇ ਟਹਿਣਾ ਜੀ ਜੁੜੇ ਰਹੋ ਰੇਡੀਓ ਚੰਨ ਪਰਦੇਸੀ ਦੇ ਨਾਲ।